ਲੈਗ ਮੜਾ ਤਹਿਸੀਲ ਗੁਜਰਖਾਨ ਨੇ ਗਰਾਹ ਕਨੀਆਲ ਬਜਰਾਣੇ ਨਾਲ ਜੀ ਦੀ ਪੰਜਵੀਂ ਨਮ ਇਮਤਿਹਾਨ ਪਾਸ ਕੀਤਾ ਜੀ گورਨਮੈਂਟ ਹਾਈ ਸਕੂਲ ਸਸਰਾਲ ਤੋਂ ਲੈਕਸ ਹੋ ਜਾ ਹੈ ਜੇ ਹੀ ਸੋ ਸਾਖੇ ਨਾ ਆਪ ਇੱਕ ਮ hạnੂਦ ਕਿਉਂ ਕੀਤਾ ਹੈ ਤੇ ਮੈਂ ਪਹਿਲਾ ਪ੍ਰੋਗਰਾਮ ਜਿਹੜਾ ਨਾ ਰੇਡੀਓ ਐਫ ਐਮ 102 ਉਪਰ ਉਹ ਉਰਦੂ ਲੈਂਗੁਏਜ ਵਿਚ ਕੀਤਾ ਸੀ ਕਿਨੋਂ ਅਖਤਰ ਇਮਾਮ ਰਿਜ਼ਵੀ ਸਰਕਾਰ ਨਾ ਦੱਸਿਆ ਹੈ ਰਾਜ ਜਿਸਨੇ ਪਰਸਾਂ ਟੁਰਨੇ ਆ ਪੇ ਮਤਲਬ ਪਹਿਲੇ ਜਨਾਨੀ ਕਰਨੀ ਸੀ ਕੋਈ ਜਨਾਨੀ ਕਰਨੀ ਠੀਕ ਹੈ ਠੀਕ ਹੈ ਜੀ ਆ ਜਣਾ ਫਿਰ ਆਇਆ ਜੜਾ ਨਾ ਆਏ ਜਣੇ ਆ ਮੈਂ ਬੜਿਆ ਇਸ ਰਾਂਜੀ ਭਜਿਸਲੇ ਵਿੱਚ ਬਰਡਨ ਕੋਸ਼ਿਸ਼ ਕੀਤੀ ਹੈ ਤਾਂ ਗੂ ਨਾਏ ਇੰਜ ਮਾਰਿਆ ਅੱਛਾ ਔਰ ਅਖਤਰ ਇਮਾਮ ਰਿਜ਼ਵੀ ਸਰਕਾਰ ਨਾ ਰੈਫਰੈਂਸ ਹੋਣੇ ਨੇ ਸੰਦਾ ਅੱਛਾ ਵੀ ਮੇਰ ਜਿੱਥੇ ਵੀ ਗਿਆ ਉਆਣੇ ਨਾ ਮੂੰਹ ਮੂਤ ਕੰਡ ਕੰਡ ਓਣੀ ਓਥੇ ਤੇ ਤੁਸਾਂ ਪੱਗ ਵੀ ਬੱਦੀ ਸੀ ਤੇ ਤੰਬੀ ਚੋਲਾ ਲਾਇਆ ਸੀ ਇਹ ਤੇ ਅੱਜ ਅਸਾਂ ਕੀ ਜਿਹੜਾ ਵਾ ਇਹ ਹੋਰ ਹੋਲੀਏ ਜੀ ਮਿਲੇ ਔਰ ਇੱਕ ਟੀਵੀ ਨਾ ਮੀਡੀਸੀ ਹੂੰ ਹੂੰ ਉਸੇ ਗੱਲ ਕੀਤੀ ਸੀ ਭਈ ਇਹ ਤੁਨ ਪੜਾ ਨਹੀਂ ਜ਼ੁਬਾਨ ਹੈ ਤੇ ਮੈਂ ਉਸਨੇ ਖਿਲਾਫ ਕੇਸ ਕਰ ਛੋੜਿਆ ਅਸਲਾਮ ਵਾਲੇਕਮ ਜੀ ਵੀਰ ਉਸ ਉਮੀਦ ਕਰਨੇ ਆਂ ਅਸਾਂ ਠੀਕ ਠਾਕ ਅਸਾ ਵਹਰੀ ਮੇਰੀ ਹਸੋ ਮਾੜਾ ਨਾ ਸੈਦ ਬਿਲਾਲ ਐਦਰ ਤੁਸਾਂ ਤੱਕ ਨੇ ਵੀ ਐਕਸਪਲੋਰ ਪਟਵਾਰ YouTube ਚੈਨਲ ਤੇ ਅੱਜ ਅਸਾਂ ਮੌਜੂਦ ਆਂ ਜੀ ਗੁਜਰਖਾਨ ਰੇਲਵੇ ਸਟੇਸ਼ਨ ਅਪਰ ਪਿਛੇ ਹੈ ਰੇਲਵੇ ਦੀ ਪਟੜੀ ਜਿਹੜਾ ਰੇਲ ਗੱਡੀਆਂ ਲੰਘਣੀਆਂ ਤੁਸਾਂ ਕੀ ਕਈ ਵਾਰੀ ਨਜ਼ਰ ਆਸਨ ਜੇ ਕੋਈ ਟਾਈਮ ਬਰਾਬਰ ਆਇਆ ਹੋਇਆ ਤੇ ਬਾਕੀ ਹੈ ਬੰਨੇ ਆਂ ਅਪਰ ਬੈਠੇ ਆਂ ਸੋਹਣਾ ਜਿਹਾ ਗਾਰਡਨ ਜਵੈ ਇਸਨੇ ਅਪਰ ਨਾਲ ਅਸਾਂ ਨੇ ਮੌਜੂਦ ਨਾ ਖਿੱਤਾ ਪਟਵਾਰਨੀ ਜਾਨੀ ਪਛਾਨੀ ਸ਼ਖਸੀਅਤ ਸੈयद ਮੁੰਤਜ਼ਰ ਇਮਾਮ ਸਾਹਿਬ ਜਿਹੜੇ ਇਸ ਟਾਈਮ ਜਿਹੜਾ ਵਾ ਐਂਕਰ ਪਰਸਨ ਵੀ ਨੇ ਔਰ ਲਿਖਾਰੀ ਵੀ ਨੇ ਸ਼ਾਇਰ ਵੀ ਨੇ ਰੇਡੀਓ ਬ੍ਰਾਡਕਾਸਟਰ ਵੀ ਨੇ ادیਬ ਵੀ ਨੇ ਤੇ ਇਹਨਾਂ ਨਾਲ ਬੜੀ ਖੁਸ਼ਕਿਸਮਤੀ ਹੈ ਅੱਜ ਅਸਾਂ ਬੈਠੇ ਆਂ ਔਰ ਇਹਨਾਂ ਨਾਲ ਅਸਾਂ ਗੱਲਬਾਤ ਕਰਸਾਂ ਇੰਟਰਵਿਊ ਕਰਸਾਂ ਤੇ ਇਹਨਾਂ ਕੋਲ ਗੱਲਾਂ ਬਾਤਾਂ ਪੁੱਛਸਾਂ ਇਹਨਾਂ ਦੀ ਜ਼ਿੰਦਗੀ ਨੇ ਬਾਰੇ ਚ ਮੀਡੀਆ ਨੇ ਬਾਰੇ ਪਠੋਹਾਰ ਨੇ ਬਾਰੇ ਵਿੱਚ ਮੈਂ ਤਾਂ ਤੁਸਾਂ ਕੀ ਸੁਣਾਣਾ ਹੀ ਰਹਿਣਾ ਵਾ ਤੇ ਅੱਜ ਬਾਵੇ ਹੋਰਾਂ ਕੋਲੋਂ ਸੁਣੋ ਜਿਹੜੇ K2 TV ਨੇ ਵੀ ਐਂਕਰ ਨਾ PTV ਤੇ ਵੀ ਨਾ ਕੰਮ ਕੀਤਾ ਰੇਡੀਓ ਤੇ ਵੀ Air TV ਵੀ ਤੇ ਅਖਤਰੀਮਮ ਰਿਜ਼ਵੀ ਸਾਹਿਬ ਉਹਨਾਂ ਨੇ ਇਹ ਜਿਹੜਾ ਵਾ ਅਜੀਜ਼ ਨੇ ਤਕਣੇ ਲਿਆਂ ਕੀ ਔਰ ਅਸਾਂ ਕੀ ਜਿਹੜਾ ਵਾ ਇਹ ਦੱਸੋ ਆਪਣੀ ਇਬਤਦਾਈ ਜ਼ਿੰਦਗੀ ਨੇ ਬਾਰੇ ਵਿੱਚ ਤੁਸੀਂ ਤਾਂ تعلیم ਜਿਹੜੀ ਹੈ ਇਬਤਦਾਈ ਕਿੱਥੋਂ ਹਾਸਲ ਕੀਤੀ ਹੈ ਤੁਸੀਂ ਨਾ ਜਿਹੜਾ ਗ੍ਰਾਂ ਹੈ ਬੇਸਿਕਲੀ ਹੋਂ ਦਾ ਗੁਜਰਖਾਨ ਰਹਿਣੇ ਹੋ ਉਹ ਕਿਹੜਾ ਵਾ ਫਿਰ ਤੁਸੀਂ ਮੀਡੀਆ ਵਿੱਚ ਕਿਸ ਤਰ੍ਹਾਂ ਆਏ ਹੋ ਇਸ ਤੋਂ ਪਹਿਲਾਂ ਕਾ ਕਾ ਕਰਨੇ ਰਹੇ ਹੋ ਕੈਸ਼ ਗੁਲ ਰਹੇ ਇਹ ਸਾਰਾ ਜਿਹੜਾ ਨਾਸਾਂ ਨੇ ਤਕਣੇ ਲਿਆਂ ਕੀ ਦੱਸੋ ਜੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤਲਕ ਮੜਾ ਤਹਿਸੀਲ ਗੁਜਰਖਾਨ ਨੇ ਗ੍ਰਾਂ ਕਨਿਆਲ ਬਜਰਾਣੇ ਨਾਲ ਹੈ ਜੀ ਉਹ ਦਲਤਾ ਅਲੇ ਸੁ 5-6 ਕਿਲੋਮੀਟਰ ਦੂਰ ਹੈ ਸਹੀ ਹੈ ਇbtedਾਈ ਤਾਲੀਮ ਮੈਂ ਉੱਥੋਂ ਹੀ ਹਾਸਲ ਕੀਤੀ 5ਵੀਂ ਨਾ ਮੈਂ ਇਮਤਿਹਾਨ ਪਾਸ ਕੀਤਾ ਜੀ ਗਵਰਨਮੈਂਟ ਹਾਈ ਸਕੂਲ ਸਸਰਾਲ ਤੋਂ ਸਹੀ ਹੈ ਔਰ ਲੈਕਸ ਹੋ ਜਾਂ ਜੇ ਹੀ ਸੋ ਅਸਾਂ ਮਤਲਬ ਦਰਮਿਆਨੇ ਜਈ ਉਬਸ ਜੀ ਗੱਲ ਇਹ ਹੈ ਕਿ ਗੁਜ਼ਾਰਾ ਕਰਨੇ ਸਾਂ ਲੇਕਿਨ ਉਸ ਗੁਜ਼ਾਰੇ ਵਿੱਚ ਵੀ ਇੱਕ ਪੰਜਵੀਂ ਨੇ ਇਮਤਿਹਾਨ ਹੈ ਜੋ ਮੈਂ ਪੂਰੇ ਬੋਰਡ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ। ਵਾਹ ਜੀ ਵਾਹ। ਫਿਰ میٹرک ਮੈਂ ਕੀਤੀ ਗਵਰਨਮੈਂਟ ਹਾਈ ਸਕੂਲ 49 ਸੋਂ ਸਹੀ ਹੈ। ਐਫਐਸਸੀ ਮੈਂ ਕੀਤੀ ਗੋਲਡਨ ਕਾਲਜ 라ਵਲਪਿੰਡੀ ਸੋਂ ਵਾਹ ਜੀ ਵਾਹ। ਬੀਐਸ ਮੈਂ ਕੀਤਾ ਜੀ ਯੂਨੀਵਰਸਿਟੀ ਆਫ ਐਰਰ ਡੈਗਰੀਕਲਚਰ 라ਵਲਪਿੰਡੀ ਸ਼ਮਸਾਬਾਦ ਸੋਂ ਸਹੀ ਹੈ। ਐਮ ਫਿਲ ਮੈਂ ਕੀਤਾ ਫੈਸਲਾਬਾਦ ਰੇ ਯੂਨੀਵਰਸਿਟੀ ਤੋਂ ਤੇ ਇਹ ਜ਼ਰਾ ਤੇ ਜਾਓ ਆਰ ਕੋ ਬੂਟੇ ਜੇ ਕੋਈ ਜਾ ਦੇ ਐਕਸ ਕਰੋ ਆਰ ਦੇ ਮੀਡੀਆ ਚ ਕੋ ਦੁਹਰਾ ਰਹੇ ਹੋ ਤੁਸੀਂ ਅਸਲ ਇਹ ਜਿੱਥੇ ਵੀ ਖੂਬਸੂਰਤੀ ਹੈ ਨਾ ਜੀ ਉਸ ਖੂਬਸੂਰਤੀ ਨਾਲ ਤਲਕ ਤਖਲੀਕ ਨਾਲ ਹੈ ਸਹੀ ਹੈ ਤਖਲੀਕ ਨਾਲ ਤਾਲੁਕ ਜਿਹੜਾ ਉਹ ਇਜ਼ਹਾਰ ਨਾਲ ਹੈ ਤਾਂ ਇਜ਼ਹਾਰ ਕੀ ਫਿਰ ਕੋਈ ਨਾ ਕੋਈ ਪਲੇਟਫਾਰਮ ਚਾਹੀ ਨਾ ਹੋਣਾ ਕੀ ਬਾਤ ਤਾਂ ਮੈਂ ਸਮਝਣਾ ਕਿ ਮੀਡੀਆ ਸੋ ਅਛਾ ਕੋਈ ਪਲੇਟਫਾਰਮ ਕੋਈ ਨਹੀਂ ਗੱਲ ਤੁਸੀਂ ਬੜੀ ਠੀਕ ਕੀਤੀ ਹੈ ਮਾਰੇ ਕੈਰੀਅਰ ਨਾ ਆਗਾਜ਼ ਐਗਰੀਕਲਚਰ ਯਾ ਮੈਂ ਕਿਉਂਕਿ एग्री प्रोफेसनल हाँ इस वेल भी मैं एग्री प्रोफैशनल हाँ और मैं अब दुबई से अपने कैरियर आगाज किया फिर उस तुँ बाद मैं रहीम यार खान बहावलपुर मुल्तान इन्होंने इलाकों मुख्तलिफ कंपनियों में सर्व करना रहा थोड़ा जा पिछे कह स फैसलाबाद यूनवर्सिटी और जी रावलपिंडी यूनिवर्सिटी से उतर अदबी जनजीमां सन जी जी उन्होंने ना मैं किसी न किस हवाले ਅਟੈਚ ਰਿਆਂ ਕਿਉਂਕਿ ਵਿਰਾਸਤ ਵਿੱਚ ਇਲਮ ਅਤੇ ادب ਹੈ ਅਲਹਮਦੁਲਿਲਾ ਬੇਸ਼ੱਕ ਬੇਸ਼ੱਕ ਹੈ। اور ਉਹ اندر چیز موجود ਸੀ। ਬਿਲਕੁਲ। ਲੇਕਿਨ ਕਿਉਂਕਿ ਹਰ ਕੰਮ 나 ਇੱਕ ਵਕਤ ਮੁਕਰਰ ਹੈ। ਐਸੇ ਹੀ ਹੈ ਬਿਲਕੁਲ। ਤੇ ਇਹ ਲੇਗਸੀ ਜਿਹੜੀ ਹੈ ਮਾੜੇ ਕੋਲ ਅਖਤਰ ইমাম رضوی رحمۃ اللہ ਲੈ ਉਹਨਾਂ ਦੀ ਹੈ। ਬਲਕਿ ਮੈਂ ਆਖਸਾਂ ਕਿ ਅਸਾਂ ਨਹੀਂ ਜਿਹੜੀ ਪਠਵਾਰੀ ਜ਼ੁਬਾਨ ਹੈ ਪਠਵਾਰ ਪਰ ਜਿਹੜਾ ਕੰਮ ਹੈ ਇਹ ਜਿਸ ਜਿਸ ਕੋਲ ਵੀ ਹੈ ਨਾ ਇਸ ਖਿੱਤੇ ਵਿੱਚ ਉਸਨੇ ਕੀ ਉਹ ਜਿਹੜੀ ਲੇਗੇਸੀ ਹੋਰ ਵੀ ਲੋਕ ਹੈ ਬੜੇ ਕੰਮ ਨਾ ਕੀਤੇ ਨਰ ਲੇਕਿਨ ਉਹ ਅਖਤਰ ইমাম ਰਿਜ਼ਵੀ ਸਰਕਾਰ ਨਾ ਦਸਿਆ ਹੈ ਰਾਜ ਜਿਸਨੇ ਪਰ ਅਸਾਂ ਟੁਰਨੇ ਆ ਪੇ ਬਿਲਕੁਲ ਤੇ ਫੈਸਲਾਬਾਦ ਰੀ ਯੂਨੀਵਰਸਿਟੀ ਦੀ ਇੱਕ ਸੋਸਾਇਟੀ ਸੀ ਐਲਐਸ ਆਰਟ ਐਂਡ ਲਿਟਰਰੀ ਸੋਸਾਇਟੀ ਸਹੀ ਹੈ ਮੈਂ ਪਹਿਲਾ ਉਸਨਾ ਜੁਆਇੰਟ ਸੈਕਟਰੀ ਰਹਾ ਫਿਰ ਉਸਨਾ ਜਰਨਲ ਸੈਕਟਰੀ ਬਣਿਆ ਫਿਰ ਉਸਨਾ ਪ੍ਰੈਜ਼ੀਡੈਂਟ ਵੀ ਮੈਂ रहा और शायरी भी उ करी सी नाथ खानी को इस तरह नवी चीज सा लेकिन मैं बिल्कुल हर जगह पर पाँना के पठवारे की कोई दिलचस्पी को नहीं सी ठीक है और जिस वेल्ले मैं अख्तर इमाम साहब बीमार होए और की बड़ी मूजी बीमारी लगी लिवर सराइसिस नहीं डॉक्टर आख्या के ਆ ਨਗਲ ਵਕਤ ਘਟੇ ਤੇ ਫਿਰ ਮੈਂ ਸਭ ਕੁਝ ਛੋੜ ਛਾੜ ਕੇ ਉਹਨਾਂ ਦੀ ਖidmat ਇਜਾਜ਼ਤ ਹੋ ਗਈ ਜਿਹੜਾ ਮੈਂ ਸਾਲ ਸਵਾ ਸਾਲ ਦਾ ਅਰਸਾ ਉਹਨਾਂ ਕੋਲ ਲਗਾ ਜੀ ਉਹਨਾਂ ਫਿਰ ਮਾੜ ਕੇ ਦੱਸਿਆ ਮੈਂ ਉਹਨਾਂ ਕੋਲ ਇੱਕ ਸਵਾਲ ਪੁੱਛਿਆ ਸੀ ਮੈਂ ਆਖਿਆ ਜੀ ਮੈਂ ਵੀ ਇਸ ਪਾਸੇ ਕੁਝ ਕਰਨਾ ਚਾਹਣਾ ਦੱਸੋ ਕਿਆ ਕਰਾਂ ਸਹੀ ਹੈ ਉਹਨਾਂ ਇੱਕ ਜੁਮਲਾ ਮੈਂ ਆਖਿਆ ਸੀ ਕਿ ਉਠਵਾਰੀ ਚੜੀਏ ਐਸਾ ਬੋਲਨੇ ਆ ਇਹ ਲੈ ਜਾਣੀ ਬਲਕਿ ਕਿ ਮੁਕਮਲ ਜ਼ੁਬਾਨ ਹੈ ਇਸਨੇ ਪਰ ਕੰਮ ਕਰ ਤੇ ਤੁਹਾਡੀ ਜ਼ਿੰਦਗੀ ਗੁਜ਼ਰ ਕੇਸੀ ਕੀ ਬਾਤ ਤੇ ਉਸਾ ਲਾਈਨ ਉਪਰ ਕੰਮ ਕਰਨੇ ਆਪੇ ਜੀ ਔਰ ਹੁਣ ਤੇ ਮੇ ਆਣਾ ਜੀ ਕਿ ਪੁਠਵਾਰ ਮਾੜੀ ਰੂਹ ਚ ਹੈ ਵਾਹ ਪੁਠਵਾਰ ਮੇ ਮਾੜੀ ਨਸ ਨਸ ਚ ਹੈ ਵਾਹ ਪੁਠਵਾਰ ਮਾੜੇ ਅੰਦਰ ਵਸਣਾ ਕੀ ਬਾਤ ਔਰ ਮੇ ਪੋਏ ਪੂਰੀ ਦੁਨੀਆ ਫੇਰਾ ਛਾ ਜੀ ਜਿਹੜਾ ਸਵਾਦ ਐ ਤੁਸੀਂ ਬੰਨੇ ਨਾ ਜ਼ਿਕਰ ਕੀਤਾ ਹੈ ਨਾ ਬੰਨਿਆ ਪਰ ਬਹਿਨੇ ਨਾ ਆਹ ਠੀਕ ਹੈ ਜੀ ਕਿਕਰਾਨੀ ਛਾਵੇਂ ਬਹਿਣੇ ਨਾ ਜੰਡੀ ਤੂੰ ਬਹਿਰ ਟਾਣੇ ਨਾ ਓਏ ਹੋਏ ਠੀਕ ਹੈ ਜੀ ਫਵਾੜਿਆਂ ਜੂ ਪੋ ਕਢਣੇ ਨਾ ਕੀ ਬਾਤ ਹੈ ਤੇ ਕਣਕ ਕੱਪ ਕਹਿ ਤੋ ਉਹ ਗਰੀਆਂ ਲਾਣੇ ਨਾ ਸਵਾਦ ਤੇ ਫਿਰ ਉਸ ਕੀ ਗਾਣੇ ਨਾ ਸਵਾਦ ਚੜਾ ਉਹ ਇਹ ਐਸੇ ਲਵਾਜ਼ਮਤ ਨਸਾਂ ਨੇ ਪੋਠਵਾਰ ਨੇ ਕਿ ਤੁਸਾਂ ਪੂਰੀ ਦੁਨੀਆ ਚ ਨਹੀਂ ਮਿਲਨੇ। ਭਾੜੇ ਕੀ ਕਈ ਬੰਦੇ ਆਖਣੇ ਨੋ ਕਿ ਤੁਸਾਂ YouTube ਤੇ ਕੰਮ ਕਰਨੇ ਪਿਓ ਤਾਂ ਤੁਸਾਂ ਪਟਵਾਰ ਕੀ ਪਟਵਾਰੀ ਕੀ ਕੁਦਰ ਚੁਣੇ ਆਵੇਂ। ਤੁਸਾਂ ਲਿਮਿਟਿਡ ਆਪਣੇ ਆਪ ਹੈਗੀ ਕੀਤੇ ਆ ਜਾਂ ਮੈਂ ਦੂਦ ਕੀਤੇ ਆਪਣੇ ਆਪ ਹੈਗੀ। ਤੁਸਾਂ ਜਿਹੜਾ ਵਾ ਉਰਦੂ ਚਾਹੋ ਤਾਂ ਅੱਗੇ ਮਤਲਬ ਹੈ ਪੂਰੇ ਹੋਰ ਵੀ ਲਾਕਿਆਂ ਕੀ ਤੁਸਾਂ ਸ਼ਾਮਲ ਕਰੋ ਐਕਸਪਲੋਰ ਪਟਵਾਰ ਰੱਖੇ ਆ ਵੈ। ਤਾਂ ਇਹ ਮੈਂ ਸਵਾਲ ਤੁਸਾਂ ਆ ਗਿਆ ਕਰਸਾਂ ਕਿ ਇਸ ਬਾਰੇ ਕੀ ਆਖਸੋ? ਜੀ ਸ਼ਾਇਦ ਜੀ ਜਿਹੜਾ ਤੁਸਾਂ ਨੇ ਇਹ ਸਵਾਲ ਲਾਇ ਮੈਂ ਇਸ ਨੇ ਵਿੱਚ ਇੱਕ ਹੋਰ ਵੀ ਜਵਾਬ ਦੇਸਾਂ। ਕਿ ਤੁਸਾਂ ਸ਼ੁਰੂ ਚ ਪੁੱਛਿਆ ਕਿ ਮੀਡੀਆ ना सफर कदू शुरू किता मैं और किसरा आगाज होया एक गल दो यार आ, ए, एक दो हजार या बारा ली के असं कोल इत रेडियो एफ एम एक सौ दौ गुजर खान उस स्टार रेडियो होना सी और इतना बने तो मैं एक माड़ा दोस्त ही राना जमील उसकी मैं स्क्रिप्ट लिख देना सर शायरी ना प्रोग्राम करना सी नाम भी उसना रखा विशाल शब्द तो उसकी मैं सिक्रिप्ट सा। भी लिखकर देना सै ਨਾਲ ਨਾਲ ਰੇਲ ਗੱਡੀ ਲੰਘ ਸੀ ਇਸਨਾ ਸਵਾਦ ਚੈੱਕ ਕਰੋ ਜੀ ਰੇਲ ਗੱਡੀ ਦੀ ਆਵਾਜ਼ ਚੈੱਕ ਪਤਾ ਨਹੀਂ ਤੁਸਾਂ ਕੀ ਦਿਸਣੀ ਹੈ ਵੀ ਜਾਂ ਨਹੀਂ ਲੰਘ ਲੰਘਣੀ ਹੈ ਵੀ ਤੇ ਅਸਾਂ ਵੀ ਤੁਸਾਂ ਵੀ ਸੁਣੋ ਜਿਹੜਾ ਨਾ ਆਵਾਜ਼ ਇੱਕ ਐਸੇ ਮਾਹੌਲ ਜਿਦਾ ਬੈਠੇ ਆ ਨੈਚੁਰਲ ਜਿਹੜਾ ਨਾ ਫੇ ਗੱਲ ਚਾ ਜੀ ਹੁਣ ਸ਼ੁਰੂ ਕਰੋ ਲੰਘ ਗਈ ਏ ਲੰਘ ਗਈ ਇਹ ਦੁਣਮਿਓ ਪੂਰਾ ਇੱਕ ਆਈ ਕੋਸ਼ਨਾ ਤਨੀ ਤੇ ਕੁਸਾ ਲਿਖਿਆ ਸੀ ਵੀ ਗੱਡੀ ਆਈ ਤੇਜ਼ ਤੇਜ਼ ਹੈ ਆਹਾ ਤੇ ਲੰਘ ਗਈ ਆ ਲੰਘ ਗਈ ਪਿੱਛੇ ਰਹਿ ਗਿਆ ਬਾਂ ਬਾਂ ਕਰਨਾ ਟੇਸ਼ਨ ਤੇ ਸ਼ਾਂ ਸ਼ਾਂ ਕਰਨੇ ਕੰਨ ਯਾਨੀ ਜ਼ਿੰਦਗੀ ਇਸ ਤਰ੍ਹਾਂ ਹੈ ਆ ਦੇਖੋ ਆਈ ਹੈ ਕਿਤਨੀ ਰਫਤਾਰ ਆਈ ਹੈ ਤੇ ਪੜਾ ਪੜਾ ਕਰਨੀ ਲੰਘ ਗਈ ਹੈ ਲੰਘ ਗਈ ਹੈ ਅੱਛਾ ਗੱਲ ਤੁਸੀਂ ਕਰਨੇ ਸੋ ਪੇ ਕਿ ਉਹ ਉਸकी ਲਿਖ ਕੇ ਦੇਣਾ ਸਾ ਸਕ੍ਰਿਪਟ ਉਹ ਮੀ ਰੋਜ਼ ਹੀ ਉਸ ਸਟੇਸ਼ਨ ਮੈਨੇਜਰ ਸੀ ਅਲੀ ਠੀਕ ਹੈ। ਉਹ ਰੋਜ਼ ਆਖੇ ਸ਼ਾਹ ਜੀ ਤੁਸੀਂ ਵੀ ਆਓ ਤੁਸੀਂ 알 ਮੁਖਤਸਰ ਇੱਕ ਮੈਂ ਚਲਾ ਗਿਆ। ਸਹੀ ਹੈ। ਔਰ ਤੁਸੀਂ ਆਖੇ ਨਾ ਆਪ ਇੱਕ ਮੈਂ ਦੂਦ ਕਿਉਂ ਕੀਤਾ ਹੈ? ਕਿਉਂਕਿ ਮੈਂ ਪਹਿਲਾ ਪ੍ਰੋਗਰਾਮ ਜਿਹੜਾ ਨਾ ਰੇਡੀਓ ਐਫ ਐਮ 102 ਸਟਾਰ ਰੇਡੀਓ ਐਫ ਐਮ 102 ਉੱਪਰ ਉਹ ਉਰਦੂ ਲੈਂਗੁਏਜ ਵਿੱਚ ਕੀਤਾ ਸੀ। ਸਹੀ ਹੈ। ਔਰ ਉਸਨਾ ਜਿਹੜਾ ਸੀ ਨਾ ਨਾ ਸੀ ਉਹ ਚੋਂ ਕਿ ਸੂਫੀ ਅੰਗਿਚ ਸੀ। ਜੀ। ਉਹ ਆਪਣੀ ਆਪ ਦਾ ਪ੍ਰਵੀਨ ਸਾਹਿਬ ਦਾ ਗਾਣਾ ਸੀ ਕਿ ਅਬ ਲਗਨ ਲਗੀ ਜੀ ਕੀਆ ਕਰੀਏ ਸਹੀ ਹੈ ਮਨ ਕੀ ਜੋਤ ਉਸਨਾ ਨਾਸ ਵਾਹ ਤੇ ਮੈਂ ਉਰਦੂ ਚ ਜੀ ਸ਼ੁਰੂ ਕੀ ਤਾਂ ਫਿਰ ਉਰਦੂ ਚ ਕੁਝ عرصਾ ਕਰਨਾ ਰਿਹਾ ਲੇਕਿਨ ਕਿਉਂਕਿ ਜਿਸ ਵੇਲੇ ਬੰਦਾ ਜਿਸਨੇ ਕੋਲ ਇਨਸਪਾਇਰ ਹੋਣਾ ਉਸਨੇ ਹਰ ਬਣਨਾ ਚਾਹਣਾ ਜਾਂ ਉਸकी ਕਾਪੀ ਕਰਨਾ ਚਾਹਣਾ ਸਹੀ ਹੈ ਤੇ ਤੁਹਾਡੀ ਇਨਸਪੀਰੇਸ਼ਨ حضرت سید ਅਖਤਰ امام رضوی رحمتullah अलैहोसਨ ਸਹੀ ਹੈ ਤੇ ਫਿਰ ਉਹ ਚੋਂ ਕਿ ਪੋਠਵਾਰ ਪੋਠਵਾਰ ਹਰ ਵੇਲਾ ਕਰਨੇ ਲੇਣੇ ਸਨ ਸਹੀ ਹੈ ਤੇ ਮੈਂ ਫਿਰ ਆਖਿਆ ਯਾਰ ਮੈਂ ਪੋਠਵਾਰ ਹੀ ਕਰਸਾਂ ਵਾਹ ਫਿਰ ਉਸਨੇ ਬਹੁਤ ਤਕਲੀਫਾਂ ਬੜੀਆਂ ਪਰੇਸ਼ਾਨੀਆਂ ਬੜੀਆਂ ਰੁਕਾਵਟਾਂ ਬੜੀਆਂ ਮੁਖਾਲਫਤਾਂ ਬਹੁਤ ਕੁਝ ਆਇਆ ਸਹੀ ਹੈ ਲੇਕਿਨ ਉਹ ਕਹਿਆ ਸੀ ਕਿ ਜਿਸ ਵੇਲੇ ਤੁਸੀਂ ਇਰਾਦਾ ਪੱਕਾ ਕਰਕੇ ਨੋ ਤਾਂ ਫਿਰ ਕੋਈ ਤਾਕਤ ਤੁਸਾਂ ਕੀ ਰੋਕ ਨਹੀਂ ਸਕਣੀ ਫਿਰ ਮੈਂ ਪੀਟੀਵੀ ਨਾ ਇੱਕ ਪ੍ਰੋਗਰਾਮ ਕਰਨੇ ਹਣ ਸਨ ਅਖਤਰ ਇਮਾਮ ਸਾਹਿਬ ਸੰਜਾਲੀਆਂ ਸਹੀ ਹੈ ਸੰਜਾਲੀਆਂ ਮੇ ਪੀਟੀਵੀ ਵਾਲਿਆਂ ਕੋਲੋਂ ਖਤ ਲਿਖ ਕੇ ਉਹਨਾਂ ਕੀ ਲੈਟਰ ਲਿਖ ਕੇ ਇਹ ਨਾ ਕਿਦਾ ਸਹੀ ਹੈ ਔਰ ਰੇਡੀਓ ਪਰ ਮੈਂ ਉਸकी 2000 ਤੇ 12 ਨਾਮ ਮੜਿਆਲ ਹੈ 2012 ਨੇ कोई मई जून न महीना सी तो मैं संजा लिया शुरू किया जोड़ा अजे तक पैलान मुखलिफ शक्लों एयर टीवी भी संजा मैं एफ एम वन जीरो टू बात है उसने नाल नाल में दो हजार तेरह यानी साल बाद ही रेडियो पाकिस्तान रावल पिंडी चला गया सही है। और माड़ कि एक एजाज हासिल है कि मैं पहला बंदा रेडियो पाकिस्तान रावल पिंडी तारीख न कि जिस रावर रवेल ਕਿ ਕੰਪੇਅਰ ਕੀਤਾ ਇੱਕ ਮੇਲ ਬ੍ਰਾਡਕਾਸਟਰ ਹੋਣੇ ਨੇ ਨਹੀਂ ਮਤਲਬ ਸ਼ਕਲ ਹੀ ਮਤਲਬ ਪਹਿਲਾਂ ਜਨਾਨੀ ਕਰਨੀ ਸੀ ਕੋਈ ਨਹੀਂ ਕਰਨੀ ਸੀ ਠੀਕ ਹੈ ਜੀ ਆ ਜਣਾ ਫਿਰ ਆਇਆ ਜੜਾ ਨਾ ਆਏ ਜਣੇ ਆਏ ਜਣੇ ਕੀ ਬਾਤ ਹੈ ਜੀ ਅੱਛਾ ਉਹ ਮੈਂ ਫਿਰ ਸਕ੍ਰਿਪਟ ਵੀ ਲਿਖਣਾ ਸ਼ੁਰੂ ਕਰ ਦਿੱਤਾ ਸਾਰਾ ਕੁਝ ਸਹੀ ਹੈ 2014 15 ਮੈਂ ਪੀਟੀਵੀ ਗਿਆ ਅੱਛਾ ਇਹ ਦੱਸੋਗੇ ਔਰ ਨਾ ਇੱਕ ਗੱਲ ਹੋਣੀ ਹੈ ਬਈ ਮੈਂ ਵੀ ਹੁਣ ਹਰ ਬੰਦੇ ਨਹੀਂ ਜਿਹੜਾ ਸਟਰਗਲ ਕਰਨਾ ਹੋਣਾ ਨਾ ਉਸਨੀ ਖੁਆਇਸ਼ ਹੋਣੀ ਹੈ ਕਿ ਰੈਫਰੈਂਸ ਜਾਂ ਇਸਰਾਨਾ ਜਿਹੜਾ ਨਾ ਕਿਸ ਰੈ ਵਿੱਚ ਬੜਾ ਹੈ ਬੰਦਾ ਪੀਟੀਵੀ ਵਿੱਚ ਜਾਂ ਕਿਸੇ ਵੀ ਚੈਨਲ 'ਚ ਤੁਸੀਂ ਕਿੰਜ ਬੜੇ ਹੋ ਜਾਂ ਕਿਸ ਰੈ ਗਏ ਹੋ ਉਹ ਥੋੜੀ ਜੀ ਦੱਸੋ ਮੈਂ ਬੜਿਆ ਇਸ ਰੈ ਜੀ ਜਿਸ ਲੇ ਵਿੱਚ ਬਰਡਨ ਕੋਸ਼ਿਸ਼ ਕੀਤੀ ਹੈ ਤਾਂ ਅਗੂ ਨਾ ਇਹ ਇੰਜ ਮਾਰਿਆ ਅੱਛਾ ਪਿੱਛੇ ਹਟ ਕੁਥਾ ਠੀਕ ਹੈ ਮੈਂ ਤੁਸਾਂ ਕੀ ਦੱਸਾਂ ਕਿ ਅਖਤਰ ਇਮਾਮ ਰਿਜ਼ਵੀ ਇੱਕ ਬਹੁਤ بڑا ਨਾਂ ਨਾ ਸਿਰਫ ਪਾਕਿਸਤਾਨ ਹੀ ਬਲਕਿ ਪੂਰੀ ਦੁਨੀਆ ਚ ਉਹਨਾਂ ਦਾ ਰੈਫਰੈਂਸ ਤੁਸਾਂ ਦੀਆਂ ਬੜਾ ਜਿਹੜਾ ਨਾ ਔਰ ਅਖਤਰ ਇਮਾਮ ਰਿਜ਼ਵੀ ਸਰਕਾਰ ਨਾਲ ਰੈਫਰੈਂਸ ਹੋਣੇ ਨੇ ਸੰਦਾ ਅੱਛਾ ਵੀ ਮੇਰ ਜਿੱਥੇ ਵੀ ਗਿਆ ਉਹ ਆਲੇ ਨਾ ਮੂੰਹ ਮੂਤ ਕੰਡ ਕੰਡ ਹੋਣੀ ਠੀਕ ਹੈ ਮੈਂ ਤੁਸਾਂ ਕੀ ਬਾਕੀ ਸਾਰੀਆਂ ਗੱਲਾਂ ਛੋੜ ਦੇਣਾ ਐਫ ਐਮ 102 ਨਹੀਂ ਵੀ ਛੋੜ ਦੇਣਾ ਜਿਹੜਾ ਨਿਕਾ ਜਸਟੇਸ਼ਨ sire ਗੁਜਰਖਾਨ ਨਹੀਂ ਚੁਣਵੀ ਥਿਆ ਜੀ ਰੇਡੀਓ ਪਾਕਿਸਤਾਨ ਨਹੀਂ ਗੱਲ ਛੋੜ ਦੇਣਾ ਮੈਂ ਪੀਟੀਵੀ ਨਹੀਂ ਬਾਣਾ ਠੀਕ ਹੈ ਪੀਟੀਵੀ ਜਿਲਾ ਮੈਂ ਪਹਿਲੇ ਦਿਹਾੜੇ ਗਿਆ ਨਾ ਤੇ ਪਤਾ ਨਹੀਂ ਉਹ ਜਿਹੜਾ ਗਾਰਡ ਸੀ ਉਸ ਪਤਾ ਨਹੀਂ ਮਾਰ ਕੇ ਕੋਰਾ ਪਹਿਲੇ ਮਿਲਿਆ ਸੀ ਜਾਂ ਕਿ ਉਹ ਇੱਥੇ ਹੀ ਨਾ ਸੀ ਇੱਥੇ ਗਰਾਂ ਇੱਕ ਪਿੰਡ ਮਤੇ ਖਾਨ ਠੀਕ ਹੈ ਉੱਥੇ ਨਾ ਤੇ ਉਸ ਮਾਰ ਕੀ ਸਿਆਣ ਕੇ ਦੋਸਾ ਕਿ ਜੀ ਸ਼ਾ ਜੀ ਮੈਂ ਕਿ ਯਾਰ ਮੈਂ ਕੋਈ ਐਸਾ ਪ੍ਰੋਡਿਊਸਰ ਕਿ ਜਿਹੜਾ ਪਠਵਾਰੀ ਨਾ ਕੰਮ ਕਰਨਾ ਠੀਕ ਹੈ ਉਸਨੇ ਨਾਲ ਮਿਲਣਾ ਚਾਹਣਾ ਉਸ ਆਖਿਆ ਜੀ ਪਹਿਲੇ ਅਪਾਇੰਟਮੈਂਟ ਕੀਤੀ ਹੈ ਮੈਂ ਆਖਿਆ ਕੋਈ ਨਹੀਂ ਠੀਕ ਹੈ ਜਿਹਨੇ ਫਿਰ ਕੀ ਕਰੀਆ ਮੈਂ ਆਖਿਆ ਫਿਰ ਤੁਸੀਂ ਆਹੀ ਕਰਨਾ ਜੀ ਤੁਸੀਂ ਹੁਣ ਇੱਥੇ ਇੱਥੇ ਜਿਉ ਉਸ ਆਖਿਆ ਠੀਕ ਹੈ ਠੀਕ ਹੈ ਉਹ ਗਿਆ ਇੱਕ ਬਣਿਆ ਹੋਣਾ ਪਹਿਲੇ ਰਿਸੈਪਸ਼ਨ ਜੀ ਜੀ ਉਥੋਂ ਜਾ ਕੇ ਤੁਸੀਂ ਕੀ ਪ੍ਰੋਡਿਊਸਰ ਟਾਈਮ ਕਿਦਾ ਦਿੱਤਾ ਹੋਵੇ ਤਾਂ ਉਥੇ ਨਾਉਂਸ ਲਿਖਿਆ ਹੋਣਾ ਸਹੀ ਹੈ ਉਹ ਤੂੰ ਫਿਰ ਵੀ ਕੋਈ ਵੀ ਜਿਹੜਾ ਰਿਸੈਪਸ਼ਨਿਸਟ ਹੋਣ ਉਹ ਫੋਨ ਕਰਨ ਨਾਲ ਫਲਾਣਾ ਬੰਦਾ ਆਇਆ ਉਹ ਵੀ ਤੁਸੀਂ ਕਿ ਉਸ ਪ੍ਰੋਡਿਊਸਰ ਦਰ ਪੇਚ ਚੋਂ ਸਹੀ ਹੈ ਹੁਣ ਕਿਉਂਕਿ ਮੇਰਾ ਨਾਮ ਨਹੀਂ ਸੀ ਲਿਖਿਆ ਉਸ ਬੰਦੇ ਵੀ ਐਵੇਂ ਆਪਾ ਆਪ ਰੱਖਣੇ ਵਾਸਤੇ ਕਿਉਂਕਿ ਮੈਂ ਤਾਂ ਬਾਸਾ ਉਸ ਆ ਕੇ ਸ਼ਾਇਦ ਜੀ ਠੀਕ ਹੈ ਤੁਸੀਂ ਇੰਤਜ਼ਾਰ ਕਰੋ ਤੁਸੀਂ ਕਿ ਬੁਲਾਣੇ ਸਰ ਮੈਂ ਕੋਈ ਦਿਹਾੜੀ 2 1 ਵਜੇ ਪਹੁੰਚ ਗਿਆ ਸਾਂ ਠੀਕ ਹੈ ਰੈਡੀ ਟੀਵੀ ਠੀਕ ਹੈ ਰਾਤੀ 10 ਵਜੇ ਤੱਕ ਮੜ ਕੇ ਕਿਸੇ ਨਹੀਂ ਪੁੱਛਿਆ ਆਏ ਹਾਏ ਜਿਵੇਂ 10 ਹੋਏ ਤਾਂ ਮੈਂ ਆਖਿਆ ਹੁਣ ਮੈਂ ਕੁਦਰ ਗੈਸਾਂ ਓਹੋ ਕੋਈ ਟੈਕਸੀ ਚ ਬੋਆ ਜਾਂ ਟੈਕਸੀ ਜੋਗੇ ਵੀ ਆਡੇ ਜੇ ਇਜਾਜ਼ਤ ਨਹੀਂ ਸੀ ਦੇਣੀ ਸਹੀ ਹੈ ਮੈਂ ਸਾਰੇ ਫੈਸਲਾ ਕੀਤਾ ਕਿ ਮੈਂ ਰਾਤ ਇੱਥੇ ਹੀ ਗੁਜ਼ਾਰ ਸਾਂ ਕੋਰੇ ਬਾਹਰ ਹੀ ਓਏ ਹੋਏ ਹੁਣ ਚੋਂ ਕੋਥਾ ਬਾਹਰ ਇਸ ਤਰ੍ਹਾਂ ਨਾ ਬਾਗੋ ਬਹਾਰ ਹੈ ਕੋਈ ਬੈਂਚ ਵੀ ਦੋ ਲਗੇ ਸਿਆਲਾ ਸੀ ਜਾਂ ਗਰਮੀਆਂ ਸੁਣੋ ਸਾਰੇ ਇਹ ਸਹੀ ਤਰ੍ਹਾਂ ਦਾ ਮੌਸਮ ਇਤਨੀ ਠੰਡ ਨਹੀਂ ਸੀ ਅੱਛਾ ਤੇ ਮੈਂ ਸਾਰੀ ਰਾਤ ਟੀਵੀ ਨੇ ਬਾਹਰ ਗੁਜ਼ਾਰੀ ਹੈ ਸਹੀ ਸਹੀ ਔਰ ਸਾਰੀ ਰਾਤ ਟੀਵੀ ਨੇ ਬਾਹਰ ਗੁਜ਼ਾਰਨੇ ਨੇ باوجود ਵੀ ਅਗਲੇ ਦਿਹਾੜੇ ਮਾਰ ਕੇ ਕੋਈ ਨਹੀਂ ਬੜਨ ਦਿੱਤਾ ਤੇ ਫਿਰ ਮੈਂ ਵਾਪਸ ਆ ਰਿਹਾ ਇਹ ਪਤਾ ਮੈਂ ਬਾਣਾ ਕਿਉਂ ਆ ਪਿਆ ਇਸ ਵਾਸਤੇ ਮੈਂ ਬਾਣਾ ਕਿ ਹੁਣ ਜਿਹੜੀ ਅਸਾਨੀ ਜਨਰੇਸ਼ਨ ਹੈ ਨਾ ਉਹ ਆਣਨ ਕਿ ਇਹ ਕਹਤਾ ਅਸਾਂ ਫੇਸਬੁਕ ਉਪਰ ਆਪਣੀ ਆਈਡੀ ਬਣਾ ਹਾਂ ਤੇ ਅਸਾਂ ਕੋਲ ਚੰਗਾ ਜਿਹਾ ਹੋਵੇ ਮੋਬਾਈਲ ਤੇ ਮਾਈਕ ਲੋਗੋ ਹੋਵੇ ਤਾਂ ਅਸਾਂ ਨੇ ਨੇੜਾ ਕੋਈ ਨਾ ਲੱਗਿਆ ਅਸਾਂ ਐਂਕਰਾਂ ਤਾਂ ਅਸਾਂ ਰਿਪੋਰਟਰ ਮਾੜੇ ਜਿਹੇ ਬੰਦੇ ਜਿਹੜਾ ਜਿਸ ਤਰ੍ਹਾਂ ਨੇ ਆਉਣੇ ਨਹੀਂ ਤੁਸੀਂ ਉਹ ਨਹੀਂ ਪਤਾ ਹੀ ਨਾ ਕਿਉਂ ਗੱਲ ਕੀਤੀ ਮੈਂ ਨੰ ਤਾਰੀਫ ਕਰਾਂ ਉਹ ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਬੜੀ ਮਿਹਨਤ ਕੀਤੀ ਹੈ ਔਰ ਕਰਨੇ ਉਪੇ 5 6000 ਸਬਸਕ੍ਰਾਈਬਰ ਹੋਣਾ ਔਰ ਇਤਨੇ ਜ਼ਾਰਾਂ ਵਿੱਚ ਵਿਊਜ਼ ਹੋਣਾ ਔਰ ਮੋਨਟਾਈਜ਼ ਹੋ ਜਾਣਾ ਚੈਨਲ ਨਾਲ ਕੋਈ ਮਾਮੂਲੀ ਨਹੀਂ ਬਸ ਤੁਸੀਂ ਨਹੀਂ ਪਰਹਾ ਨਹੀਂ ਮਿਹਨਤਾਂ ਔਰ ਮਿਹਨਤਾਂ ਜਿਹੜਾ ਇਸ ਕੀ ਤੁਸਾਂ ਜਾਰੀ ਰੱਖੋ ਤੇ ਤੁਸੀਂ ਬਹੁਤ ਉੱਪਰ ਪਹੁੰਚੋ ਇਨਸ਼ਾਅੱਲਾ ਮੈਂ ਗੱਲ ਕਰਨਾ ਮਕਸੂਦ ਤਾਂ ਹੈ ਇਸ ਵਿੱਚ ਮੇ ਕੋਈ ਸਹਾਰੇ ਕੀ ਬਿਲਕੁਲ ਬਲੇਮ ਨਾ ਕਰਨਾ ਸਹੀ ਹੈ ادارਾ ਚੰਗਾ ਜਾਂ ਮਾੜਾ ਨਹੀਂ ਹੋਣਾ ਬਲਕਿ ਈਦਾਰੇ ਵਿੱਚ ਕੰਮ ਕਰਨ ਵਾਲੇ ਬੰਦੇ ਚੰਗੇ ਜਾਂ ਮਾੜੇ ਹੋਣੇ ਬਿਲਕੁਲ ਐ ਸਹੀ ਹੈ ਔਰ ਅਸਾਂ ਕੋ ਲੋਕ ਅਛਰੇਨ ਤੇ ਉਹਨਾਂ ਨੂੰ ਥੋੜਾ ਜਿਹਾ ਅਸਾਂ ਦੱਸਾਂ ਭਈ ਇੰਜ ਨਹੀਂ ਇੰਜ ਕਰਨਾ ਤੋ ਰੁੱਸ ਰਹਿਣੇ ਮੈਂ ਮਾੜਾ ਇੱਕ ਨਜ਼ਰੀਆ ਕਿ ਜਿੰਨੇ ਤੁਸੀਂ ਚੰਡਣ ਹੋ ਸੋਣਾ ਜੀ ਬਿਲਕੁਲ ਉਤਨੇ ਤੁਸੀਂ ਪੱਕ ਸੋ ਉਤਨਾ ਤੁਸੀਂ ਨਖਰ ਸੋ ਔਰ ਉਤਨੇ ਖੂਬਸੂਰਤ ਅੰਦਾਜ਼ ਨਾਲ ਫਿਰ ਕੱਲ ਮਾਰਕੀਟ ਵਿੱਚ ਪੇਸ਼ ਹੋ ਸੋ ਬਿਲਕੁਲ ਐ ਸਹੀ ਹੈ ਜੇ ਤੁਸੀਂ ਸ਼ਾਰਟ ਕੱਟ ਉਹ ਇਸ ਲਈ ਵੀ ਮੇਰਾ ਹਮਸਫਰ ਨਹੀਂ ਹੁੰਦਾ ਆਹਾਂ ਕਿ ਮੇਰਾ ਕੋਈ ਸਫਰ ਮੁਖ्तਸਰ ਨਹੀਂ ਹੁੰਦਾ ਪ੍ਰੋਗਰਾਮ ਕੀ ਅੱਗੇ ਜਿਹੜਾ ਅਵਦਾਸਾਂ ਜੀ ਸਵਾਲ ਸਵਾਲ ਹੋਰ ਕਰਸਾਂ ਕਿਉਂਕਿ ਗੱਲਾਂ ਤਾਂ ਅਸਾਨੀਆਂ ਮੁਕੜੀਆਂ ਨਹੀਂ ਤੇ ਛੋਟ-ਛੋਟ ਤੱਕ ਲੰਬੀ ਵੀਡੀਓ ਫਿਰ ਤੱਕਣੇ ਵੀ ਨਾ ਹੋ ਤੁਸਾਂ ਤੇ ਸ਼ਾਹ ਸਾਹਿਬ ਤੁਸਾਂ ਇਹ ਦੱਸੋ ਕਿ ਜਿਹੜਾ ਤਰਤੀ ਨਾ ਮਾਨ ਇਹਨਾਂ ਦੀ ਕਿਤਾਬ ਇੱਕਾਈ ਹੈ ਹੁਣ ਤਰਤੀ ਨਾ ਮਾਨ ਜਿਹੜਾ ਵੈ ਇਹਨਾਂ ਲਿਖੀ ਹੈ ਅਵਰਸੀਜ਼ ਜਿਹੜਸ ਪਠਵਾਰੀ ਇਹਨਾਂ ਉਹਨਾਂ ਉੱਪਰ ਜਿਹੜਾ ਵੈ ਉਹ ਮੈਂ ਹਾਲੇ ਤੱਕ ਇਹਨਾਂ ਦਿੱਤੀ ਕੋ ਨਹੀਂ ਪਤਾ ਨਹੀਂ ਕਦੋਂ ਦੇਸੋਂ ਪੜਸਾਂ ਪਤਾ ਲੱਗ ਸੀ ਉਹ ਇਹ ਦੱਸਣ ਕਾ ਉਸਨੇ ਵਿੱਚ ਕੀਤਾ ਨੇ ਲਿਖਿਆ ਕਹੇ ਨੇ ਤੇ ਉਹਨਾਂ ਉੱਪਰ ਲਿਖੀ ਨੇ ਤੇ ਉਸਨੀ ਜਿਹੜੀ ਤਕਰੀਬ ਨਮਾਈ ਹੋਈ ਹੈ ਔਰ ਪਜ਼ੀਰਾਈ ਹੋਈ ਹੈ ਉਹ ਦੁਬਈ ਚ ਹੋਈ ਹੈ ਔਰ ਇਹ ਪਹਿਲੀ ਕਿਤਾਬ ਸੀ ਜਿਹੜੀ ਪਠਵਾਰੀ ਲਿਖਾਰੀ ਪਹਿਲੇ ਕਿਸੇ ਨੇ ਵੀ ਜਿਹੜੀ ਹੈ ਉਥੇ ਬੈਨ ਲਕਵਾਮੀ ਸਤਾ ਤੱਕ ਪਜ਼ੀਰਾਈ ਕੋ ਨਹੀਂ ਹੋਈ ਠੀਕ ਹੈ ਤੇ ਉਸਨੇ ਵਿੱਚ ਸਰਕਾਰ ਤੋਂ ਕਹਿ ਲਿਖਿਆ ਹੋਇਆ ਸੀ ਸ਼ਾਇ ਜਿਹੜੀ ਹੈ ਕਿਤਾਬ ਵਿੱਚ ਜੀ ਤਰਤੀਨਾ ਮਾਨ ਇੱਕ ਕਨਸੈਪਟ ਹੈ ਜੀ ਇੱਕ ਇੱਕ ਬ੍ਰਾਂਡ ਹੈ ਸਹੀ ਹੈ ਜਿਹੜਾ ਬ੍ਰਾਂਡ ਓਵਰਸੀਜ਼ ਨਾਲ ਠੀਕ ਹੈ ਔਰ ਓਵਰਸੀਜ਼ ਉਹ ਜਿਹੜੇ ਅਸਾਂ ਨੇ ਪੋਠੋਆ ਰਨਲ ਕਸ਼ਮੀਰ ਨਾਲ تعلق ਰੱਖਣੇ ਸਹੀ ਹੈ ਕਸ਼ਮੀਰ ਹਲੇ ਵੀ ਜੀ ਕੋਈ ਮਾਲਾ ਇਸਨੇ ਕਮਾਲ ਕੋਈ ਨਹੀਂ ਇੱਕ ਇੱਕ ਮੋਟਿਵ ਹੋਣਾ ਇੱਕ ਨਜ਼ਰੀਆ ਹੋਣਾ ਇੱਕ ਆਈਡੀਆ ਹੋਣਾ ਔਰ ਫਿਰ ਉਸ ਆਈਡੀਆ ਦੀ ਜਿਹੜੀ ਐਗਜ਼ੀਕਿਊਸ਼ਨ ਹੋਣੀ ਹੈ ਯਾਨੀ ਉਸ ਦੀ ਇੰਪਲੀਮੈਂਟੇਸ਼ਨ ਜਾਂ ਉਸ ਕੀ نافذ ਕਰਨੇ ਨਾਲ ਇੱਕ ਤਰੀਕਾ ਹੋਣਾ ਸਹੀ ਹੈ ਉਸ ਨੇ ਸੁੱਚੀਆਂ ਡਿਫਰੈਂਟ ਨਜ਼ਰ ਅਛਣ ਲਾਉ ਪੈਣੀ ਠੀਕ ਹੈ ਜੀ ਉਸ ਨੇ ਆਈਡੀਆਲੋਜੀ ਇਹ ਹੈ ਕਿ ਚੂੰਕਿ ਓਵਰਸੀਜ਼ ਅਪਰ ਲਿਖੀ ਗਈ ਹੈ ਠੀਕ ਹੈ ਇਸ ਵਾਸਤੇ ਇਸ ਕੀ ਉਹਨਾਂ ਹੀ ਲੋਕਾਂ ਚ ਗੱਜ ਕੇ ਇਸ ਕੀ ਲਾਂਚ ਕੀਤਾ ਗਿਆ ਬਿਲਕੁਲ ਸਹੀ ਹੋ ਗਿਆ ਫਿਰ ਕਿਤਾਬ ਜਿਹੜੀ ਹੈ ਉਹ ਤੁਸੀਂ ਆਣੇ ਉਹ ਦੇਸਾਂ ਦੇਸਨ ਸ਼ਾਰ ਬਿਲਕੁਲ ਦੇਸਾਂ ਤੁਸੀਂ ਕੀ ਕਿਤਾਬ ਅੰਡਰ ਕੰਸਟਰਕਸ਼ਨ ਹੈ ਐਂ ਜੇ ਮੁਫਤ ਦੇ ਸੋ ਨਾ ਮੁਫਤ ਤਾਂ ਫਿਰ ਹੁਣ ਤੱਕ ਉਹ ਕੀ ਕਰਨੇ ਆ ਤੁਸੀਂ ਨਾ ਮੈਂ ਆਕਾ ਪੁੱਛ ਕੇ ਨਾ ਉਸਨਾ ਆਈਡੀਆ ਹੈ ਜੀ ਔਰ ਅਲਹਮਦੁਲਿਲਾ ਜਸਰਤੂ ਸਾ ਬਾਈ ਪੋਠਵਾਰੀ ਕਿਤਾਬ ਨਾ ਇਹ ਇਜ਼ਾਜ਼ ਹੈ ਸਹੀ ਹੈ ਉਸਨੀ ਪਜ਼ੀਰਾਈ ਬੈਨਲ ਕੁਆਮੀ ਸਤਾ ਪਰੋਈ ਹੈ ਸ਼ਾਹ ਸਾਹਿਬ ਮੈਂ ਉਸਾਨੀਆਂ ਤਸਵੀਰਾਂ ਵੀ ਦਬਈ ਨਹੀਂ ਤਕੀਆਂ ਖਬਰਾਂ ਸ਼ਬਰਾਂ ਚ ਵੀ ਆਏ ਬਹੁਆਂ ਸਾਰੀਆਂ ਜੋ ਤੈ ਤ ਉੱਤੇ ਤੂੰ ਪੱਗ ਵੀ ਬੱਦੀ ਸੀ ਤੇ ਤੰਬੀ ਚੋਲਾ ਲਾਇਆ ਸੀ ਤੇ ਅੱਜ ਅਸਾਂ ਕੀ ਜਿਹੜਾ ਵਾ ਹੋਰ ਹੋਲੀ ਜੀ ਮਲੇ ਹੋ ਜਿਹੜਾ ਵਾ ਕੈਨੋਕ ਵੀ ਲਾਈਏ ਤੇ ਤੱਲੇ ਪੈਂਟ ਬੂ ਸ਼ਟ ਲਾਈਏ ਕੇ ਹਾਂ ਲੱ ਲ ਮੀਤਰਾ ਨਿਕਲ ਗਿਆ ਬਿਸ਼ਾਰ ਕੋਈ ਨਹੀਂ ਆਖੜਲੇ ਉੱਥੇ ਤੇ ਤੰਬੀ ਚੋਲਾ ਲਾਇਆ ਸੀ ਤੇ ਤੈਂਜੇ ਬੈਠਿਆ ਜੀ ਜੀ ਪਤਾ ਹੈ ਕਿ ਨਹੀਂ ਨਹੀਂ ਅੱਲਾ ਮਾਫ ਲਿਬਾਸ ਜਿਹੜਾ ਲਿਬਾਸ ਮੈਂ ਸਮਝਣਾ ਕਿ ਉਸ ਦਾ پاک ਔਰ ਸਾਫ ਹੋਣਾ ਜ਼ਰੂਰੀ ਹੈ ਜੀ ਔਰ ਉਹ ਇੱਕ ਮੁਕੰਮਲ ਹਿਜਾਬ ਹੋਵੇ ਐਸੇ ਹੀ ਹੈ ਜਿਹੜਾ ਅਸਾਂ ਨੇ ਸ਼ਰੀਅਤ ਦੱਸਿਆ ਬਿਲਕੁਲ ਐਸੇ ਹੀ ਬਾਕੀ ਇਸ ਹਾਲ ਤੈ ਵਿੱਚ ਸ਼ਾਇਦ ਮੈਂ ਨਾ ਅਛਾਰ ਕੈਮਰੇ ਦੇ ਸਾਹਮਣੇ ਕਿਉਂਕਿ ਜਿਲੇ ਆਪਣੀ ਸਕਾਫਤ ਕੀ ਬੰਦਾ ਪ੍ਰੈਜ਼ੈਂਟ ਕਰਨਾ ਹੋਵੇ ਤੇ ਫਿਰ ਉਹਨਾਂ ਲੋਕਾਂ ਹੀ ਨਹੀਂ ਜੈਸਾ ਦੇਸ ਵੈਸਾ ਬੇਸ ਹੋਣਾ ਚਾਹੀਦਾ ਕਿਉਂਕਿ ਨਾਜ਼ਰੀਨ ਨੇ ਮਾਰਿਆ ਅਚਾਨਕ ਛਾਪਾ ਔਰ ਮੈਂ ਸਾ ਆਪਣੇ ਦਫਤਰ ਜੀ ਹਾਂ ਫਿਰ ਇਹਨਾਂ ਦੂਆ ਸਾਹਿਬ ਵੀ ਨਹੀਂ ਘਿੰਣ ਦਿੱਤਾ ਨਾ ਆਖਿਆ ਜੀ ਉਠੋ ਉਹਨੇ ਭਰਾ ਮਾਲਾ ਮੈਂ ਬੋਲ ਸਕਣਾ ਨਾ ਇਹਨਾਂ ਆਖਿਆ ਜੀ ਉਠੋ ਇਸ ਹੁਲੀਏ ਚ ਤੂੰ ਸਾ ਇਹ ਜੁਲੇ ਆ ਰੇਲਵੇ ਸਟੇਸ਼ਨ ਗੁਜਰਖਾਨ ਤੇ ਦੋ ਗੱਲਾਂ ਕਰ ਰਿਹਾ ਮੈਂ ਆਖਿਆ ਜੀ ਅੱਜ ਕੱਲ ਜਿਹੜਾ ਹੈ ਨਾ ਤੁਸੀਂ ਜਿਹੜੀ ਗੱਲ ਕੀਤੀ ਹੈ ਤੁਸੀਂ ਲਪੋਜ ਆਸਾਂ ਲਾ ਜਿਹੜਾ ਪੋਜ ਹੈ ਉਹ ਫਿਰ ਜਿਹੜਾ ਨਾ ਉਹ ਹੈ ਇਸ ਨੇ ਵਿੱਚ ਪਠਵਾਰੀ ਅਲੀ ਆਉਲੀ ਗੱਲ ਅੱਜ ਕੱਲ ਜਿਹੜਾ ਪੋਜ ਇਸਨਾ ਨਾ ਪਿਆ ਬੜਾ ਅਸਾਸੇ ਕਮਤਰੀ ਨਿਸ਼ਕਾਰਨ ਵਾਲਦੈਨ ਵੀ ਔਰ ਜਿਹੜਾ ਵਹ ਬੱਚੇ ਵੀ ਕਿ ਉਹ ਬੱਚੇ ਆਣ ਬੱਚੇ ਉਰਦੂ ਬੋਲਣ ਹੱਤਾ ਕਿ ਉਹ ਆਣ ਜੀ ਅੰਗਰੇਜ਼ੀ ਬੋਲੋ ਜਾਂ ਜਿਹੜੇ ਮਾਊਲਲੇ 엘ਿਟ ਕਲਾਸ ਜਿਹੜੀ ਉਸ ਕੀ ਆਖਣ ਤੈ ਜਿਹੜੇ ਨਾ ਉਰਦੂ ਵਾਲੇ ਤੋਂ ਆਣ ਉਰਦੂ ਬੋਲੋ ਪਿੰਡੂ ਲੱਗ ਰਹੇ ਹੋ ਠੀਕ ਹੈ ਇਸ ਤਰ੍ਹਾਂ ਨੀਆਂ ਜਿਹੜਾ ਗੱਲਾਂ ਕਰਨ ਨੇ ਲੇਕਿਨ ਇਸਨੇ ਨਾਲ ਕੋਈ ਪੈਂਡੂ ਨਹੀਂ ਲਗਣਾ ਬੰਦਾ ਤੇ ਇਹ ਜਿਹੜਾ ਆਪਣੀ ਜ਼ੁਬਾਨ ਆਪਣੀ ਹੋਣੀ ਹੈ ਕਿਆ ਖਿਆਲ ਹੈ ਤੁਸੀਂ ਇਸ ਬਾਰੇ ਵਿੱਚ ਕੀ ਆਖਣੇ ਆ ਦੇਖੋ ਜੀ ਪੂਰੀ ਦੁਨੀਆ ਆਪਣੇ ਮਦਰ ਲੈਂਗੁਏਜਸ ਅਪ੍ਰੋਪਰੀਏਸ਼ਨ ਨਹੀਂ ਹੈ ਹਾਈ ਹਾਈ ਰੀਜਨਲ ਲੈਂਗੁਏਜਸ ਅਪਰਪੀ ਕੰਮ ਕਰਨੀ ਹੈ ਬਿਲਕੁਲ ਔਰ ਦੁਨੀਆ ਸਾਰੀ ਜਿਹੜੀ ਹੈ ਉਹ ਆਣੇ ਨਾ ਕਿ ਖਾਬ ਉਹ ਅਸਰ ਚਾਣਾ ਜਿਹੜਾ ਆਪਣੀ ਜ਼ੁਬਾਨ ਇਸ ਤੱਕ ਆ ਗਿਆ ਠੀਕ ਹੈ ਔਰ ਗੱਲ ਉਹ ਅਸਰ ਕਰਨੀ ਹੈ ਜਿਹੜੀ ਮਾਉਂ ਨਹੀਂ ਜ਼ੁਬਾਨ ਇਸ ਕੀਤੀ ਗੱਛ ਬੋਲਿਚ ਕੀਤੀ ਗੱਛ ਇਹ ਅੱਗੇ ਜਿਹੜਾ ਤੁਸਾਂ ਦਾ ਸਵਾਲ ਵੀ ਸੀ ਕਿ ਉਰਦੂ ਇੱਕ ਬੜੀ ਜ਼ੁਬਾਨ ਹੈ ਤੁਸਾਂ ਪਟਵਾਰੀ ਕੀ ਜਫਾ ਮਾਰ ਕੇ ਦਾ ਅਸਲ ਵਿੱਚ ਮੈਂ ਸਮਝਣਾ ਕਿ ਮੈਂ ਉਹਨਾਂ ਕਦਰਾਂ ਕੀ ਉਹਨਾਂ ਸਾਰਿਆਂ ਉਹਨਾਂ ਸੋਹਣੀਆਂ ਰਸਮਾਂ ਦਰਵਾਜਾਂ ਕੀ ਕਿਲਾਵਾ ਮਾਰਿਆ ਕਿ ਜਿਨ੍ਹਾਂ ਨਾਲ ਮਾੜੀ ਸ਼ਾਨ ਹੈ ਜਿਨ੍ਹਾਂ ਨਾਲ ਮਾੜੀ شناخت ਹੈ ਕਵਾ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ ਇਹ ਗੱਲ ਨਹੀਂ ਅਸਾਂ ਅੰਗਰੇਜ਼ੀ ਵੀ ਬੋਲ ਕਿਨੇ ਆ ਜਿਸ ਮਰਜ਼ੀ ਇਹ ਪਲੇਟਫਾਰਮ ਉਪਰ ਕਿਨ ਖੜੋ ਉਰਦੂ ਵੀ ਬੋਲ ਕਿਨੇ ਆ ਔਰ ਸਾਇਬੇ ਜ਼ੁਬਾਨਾ ਇਨਸ਼ਾ ਅੱਲਾਹ ਨਾਲ ਉਰਦੂ ਬੋਲਦੇ ਆ ਪੰਜਾਬੀ ਬੋਲ ਕਿਨੇ ਆ ਸਰਾਇਕੀ ਬੋਲ ਕਿਨੇ ਆ ਵਾਹ ਵਾਹ ਠੀਕ ਹੈ ਜੀ ਇਨਦਕੋ ਬੋਲ ਕਿਨੇ ਆ ਲੇਕਿਨ ਆਪਣੀ ਜਿਹੜੀ ਅਸਾਨੀ ਪੋਠਵਾਰੀ ਹੈ ਇਸ ਨੇ ਪਰ ਤੋਂ ਸਾਂਕੇ ਬਹੁਤ ਸਾਰਾ ਇਸ ਵਾਸਤੇ ਫਖਰ ਹੈ ਕਿ ਇਹ ਅਸਾਂ ਕੀ ਆਪਣੀ ਮਾਉਨੀ ਝੋਲੀ ਚ ਲੱਭੀ ਹੈ ਤੇ ਇਹ ਬਿਲਕੁਲ ਖਾਮ ਖਿਆਲੀ ਹੈ ਜਿਹੜੀ ਖਤਮ ਹੋ ਗਿਆ ਸੀ ਜੀ ਜੀ ਕਿ ਜੀ ਇਹ ਇਹ ਤਾਂ ਕੋਈ ਪਤਨ ਕਿਹੜੀ ਜ਼ੁਬਾਨ ਹੈ ਇਹ ਇੱਕ ਟੀਵੀ ਨਾ ਐਮਡੀਸੀ ਉਸੇ ਗੱਲ ਕੀਤੀ ਸੀ ਭਈ ਇਹ ਤੁਨ ਪੜਾਣੀ ਜ਼ੁਬਾਨ ਹੈ ਤੇ ਮੈਂ ਉਸਨੇ ਖਿਲਾਫ ਕੇਸ ਕਰ ਛੋੜਿਆ ਸੀ। ਉਹ ਅਦਾਲਤ ਹੀ। ਕੀ ਬਾਤ। ਮੈਂ ਆਖਿਆ ਮੈਂ ਤੁਹਾਡੇ ਕੀ ਦੱਸਣਾ ਭਈ ਇਹਨ ਪੜਾਣੀ ਹੈ ਕਿ ਨਹੀਂ ਮੈਂ ਆਖਿਆ ਮੈਂ ਉਸ ਪਿਓ ਨਹੀਂ ਔਲਾਦ ਹਾਂ ਉਸ ਦਾ ਪੁੱਤਰ ਹਾਂ ਕਿ ਜਿਸ ਤਰ੍ਹਾਂ ਮੈਂ ਕੀਤੇ। ਆਏ ਹਾਏ। ਠੀਕ ਹੈ ਜੀ। ਅਖਤਰ ਇਮਾਮ ਰਿਜ਼ਵੀ ਸਾਹਿਬ ਡਬਲ ਐਮ ਐਸਨ ਪਟਵਾਰੀ ਬੋਲਨੇ ਸਨ। ਜੀ ਜੀ। ਮੈਂ ਆਖਿਆ ਇਹਨ ਪੜਾਣੀ ਜ਼ੁਬਾਨ ਨੇ ਮੈਂ ਤੁਹਾਡੇ ਕੀ ਦੱਸਣਾ ਆ ਕਿਹੜੀ ਜ਼ੁਬਾਨ ਹੈ। ਬਿਲਕੁਲ ਐਸੀ। ਤੇ ਇਹ اے ناظرین اس گلا کی تساں بالکل اپنے خیال نہ چکا ڈسٹو اپنے سلیبس جو کڈ چھوڑو کہ اردو بولنے نال افسر بننا انگریزی بولنے نال بننا افسر میں ایتھے اس گل نال تساں دی گل کٹنی ہونی ہے اضافہ کرسا کہ اردو وی بولنی چاہیے نہیں ہے انگلش وی اس نے کو نہ جڑا ہے کوئی اس طرح نہیں گل کوئی نہیں ہے فرینچ وی بولنی چاہیے نہیں ہے اٹالین وی بولنی چاہیے نہیں ہے اور بھی جتنی زباناں سیکھنی چاہیے اور بولنی چاہیے لیکن یہ ہے کہ ਕਮ ਅਜ ਕਮ ਜਿੱਥੇ ਵੀ ਜਾਓ ਆਪਣੀ ਸ਼ਨਾਖਤ ਆਪਣੇ ਇਲਾਕੇ ਦੀ ਜ਼ੁਬਾਨ ਨਾਲ ਜਿਹੜਾ ਨਾ ਪਹਿਲਾ ਕਰਾਣੀ ਚਾਹੀਨੀ ਹੈ ਜਾਂ ਕਰਨੀ ਚਾਹੀਨੀ ਆਪੋ ਸਹੀ ਤਾਂ ਬੋਲੋ ਨਾ ਯਾਰ ਉਹ ਦੂਏ ਕਿਸੇ ਨਾਲ ਨਾ ਬੋਲ ਲੈ ਇਸ ਪ੍ਰੋਗਰਾਮ ਨਾਲ ਇਹ ਮੈਸੇਜ ਹੈ ਅੱਛਾ ਸ਼ਾਹ ਸਾਹਿਬ ਜਿਹੜਾ ਵੈ ਮਾੜੇ ਖਿਆਲ ਵਿੱਚ ਪਠਵਾਰ ਜਿਹੜਾ ਵੈ ਅਸਾਂ ਨਾ ਇਸ ਨੇ ਵਿੱਚ ਜਿਸ ਤਰ੍ਹਾਂ ਇਸ ਦੀ ਤਾਰੀਖ ਹੈ ਜਿਸ ਤਰ੍ਹਾਂ ਇਸ ਨੇ ਸਕਾਫਤ ਜਿਹੜੀ ਹੈ ਉਹ ਰਿਚ ਹੈ ਰਿਚ ਮਤਲਬ ਬੂੜੀ ਇਸ ਤਰ੍ਹਾਂ ਨਹੀਂ ਕਿਸੇ ਨੀ ਹੋਰ ਖੇਤੇ ਨਹੀਂ ਨਹੀਂ ਹੈ ਔਰ ਤਾਰੀਖ ਵੀ ਇਸ ਨਹੀਂ ਸਾਰਿਆਂ ਨਾਲ ਪੁਰਾਣੀ ਹੈ ਲੇਕਿਨ ਇਸਨੇ ਤਾਂ ਉਸ ਤਰ੍ਹਾਂ ਨਾ ਕੰਮ ਨਹੀਂ ਹੋ ਰਿਹਾ ਇਸਨੇ ਬਾਰੇ ਵਿੱਚ ਤੁਸੀਂ ਕਹ ਆਕਸੋ ਇਸਨੇ ਬੋਲੀ ਹੈ ਪਰ ਵੀ ਇਸ ਤਰ੍ਹਾਂ ਕੰਮ ਨਹੀਂ ਹੋ ਰਿਹਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਹੋਰ ਵੀ ਕੋਸ਼ਿਸ਼ ਕਰ ਰਹੇ ਲੇਕਿਨ ਉਹ ਚੀਜ਼ ਨਹੀਂ ਹੈ ਇਸਨੇ ਬਾਰੇ ਕਹ ਆਕਸੋ ਜੀ ਬੜਾ ਸਨ ਅੱਛਾ ਸਵਾਲ ਹੈ ਔਰ ਇੱਕ ਆਮ ਖਿਆਲ ਲੇ ਪਾਇਆ ਗਿਸ਼ਨਾ ਲੇਕਿਨ ਮੈਂ ਇਹ ਤੁਸਾਂ ਕੀ ਦਸਾਂ ਇਹ ਜੀ ਕਿ ਅਸਾਂ ਨਹੀਂ ਜਿਹੜੀ ਇਹ ਪਠਵਾਰੀ ਜ਼ੁਬਾਨ ਹੈ ਇਸਨੇ ਪਰ ਬਹੁਤ ਸਾਰਾ ਕੰਮ ਪਿਆ ਹੋਣਾ ਲੋਕ ਕਿਤਾਬਾਂ ਵੀ ਪੇ ਲਿਖਣੇ ਲਿਟਰੇਚਰ ਤਖਲੀਕ ਹੋਣਾ ਪਿਆ ਅਸਲ ਵਿੱਚ ਸਭ ਤੋਂ ਹੁਣ ਸਰਾਇਕੀ ਤੱਕ ਕੋ ਸਰਾਇਕੀ ਇੱਕ ਤੇ ਬਹੁਤ ਬੜਾ ਬੈਲਟ ਹੈ ਜੀ ਅਸਾਂ ਸੋ ਕੰਪੈਰੀਟਿਵਲੀ ਅਸਾਂ ਨੇ ਬਹੁਤ ਬੜਾ ਬੈਲਟ ਹੈ ਲੇਕਿਨ ਉਸਨੇ ਪਰ ਬਹੁਤ ਪਹਿਲਾਂ ਕੰਮ ਪਿਆ ਹੋਣਾ ਜੀ ਜੀ ਐਸੇ ਹੀ ਅਸਾਂ ਨੇ ਵੀ 100 110 ਕਿਤਾਬਾਂ ਆ ਚੁੱਕੀਆਂ ਔਰ ਬਾਕੀ ਵੀ ਲੋਕ ਪੇ ਲਿਖਣੇ ਧੜਾ ਧੜ ਪੇ ਲਿਖਣੇ ਇੱਕ ਹੋਣਾ ਲਿਟਰੇਚਰ ਇੱਕ ਹੋਣਾ ਇਨਫਰਾਸਟ੍ਰਕਚਰ ਲਿਟਰੇਚਰ ਪਰ ਤੇ ਲੋਕ ਕੰਮ ਪੇ ਕਰਨੇ ਸ਼ਾਇਰ ਵੀ ਠੀਕ ਹੈ ਤਖਲੀਕਾਰ ਵੀ ਨੇ ਠੀਕ ਹੈ ਗਾਣਿਆਂ ਵਾਲੇ ਵੀ ਥੇ ਨੇ ਗਾਣੇ ਗਾਣਿਆਂ ਵਾਲੇ ਵੀ ਲੋਕ ਆ ਫਨਕਾਰ ਵੀ ਸਭ ਕੁਝ ਹੈ ਲੇਕਿਨ ਇਨਫਰਾਸਟ੍ਰਕਚਰ ਉਹਨਾਂ ਉਹਨਾਂ ਨੇ ਫਨ ਕੀ ਸਪੋਰਟ ਕਰਨੇ ਵਾਸਤੇ ਕੋਈ ਆਡੀਟੋਰੀਅਮ ਕੋਈ ਨਹੀਂ ਕਿਸੇ ਨੇ ਕੋਈ ਕੋਈ ਸੇ ਕਿਸਮ ਨਹੀਂ ਕੋਈ ਅਕੈਡਮੀ ਨਹੀਂ ਜਿਸ ਨੇ ਪਿਓਰਲੀ ਪਟਵਾਰੀ ਪਰ ਕੰਮ ਹੋਵੇ ਸਹੀ ਹੈ ਔਰ ਇਹ ਮੈਂ ਇਸ ਪ੍ਰੋਗਰਾਮ ਨੇ ਤਵਸਤ ਨਾਲ ਜਿਹੜੇ ਅਸਾਂ ਨੇ ਬਾਖਤਿਆਰ ਲੋਕ ਬਿਲਖਸੂਸ ਸਪੀਕਰ ਕੋਮੀ ਅਸੈਂਬਲੀ ਜਨਾਬ ਰਾਜਾ ਪ੍ਰਵੇਦ ਅਸ਼ਰਫ ਸਾਹਿਬ ਔਰ ਰਾਜੇ ਰਾਂ ਕੀ ਜਿਹੜੀ ਗੱਲ ਉਹਨਾਂ ਨੇ ਤੱਕ ਪਹੁੰਚੀ ਹੈ ਉਸਨੇ ਪਰ ਉਹਨਾਂ ਇੰਪਲੀਮੈਂਟ ਜ਼ਰੂਰ ਕਰਵਾਇਆ ਸਹੀ ਹੈ ਪਟਵਾਰ ਨਾਲ ਉਹਨਾਂ ਨੇ ਪਿਆਰ ਨਾਲ ਮੂੰਹ ਬੋਲਦਾ ਸਬੂਤ ਹੈ ਬਿਲਕੁਲ ਐਸੇ ਹੀ ਹੈ ਤੇ ਉਹਨਾਂ ਕੀ ਮੈਂ ਇਸ ਪ੍ਰੋਗਰਾਮ ਨੇ ਵਸਾਤਤ ਨਾਲ ਇਹ ਉਹਨਾਂ ਨੇ ਖਿਦਮਤ ਚ ਪੈਗਾਮ ਪਹੁੰਚਾਣਾ ਚਾਹਣਾ ਕਿ ਅਗਰ ਅਸਾਂ ਨਾ ਗੁਜਰਖਾਨ ਕਿਉਂਕਿ ਪਟਵਾਰ ਨਾ ਦਿਲ ਹੈ ਬਿਲਕੁਲ ਔਰ ਸਭ ਤੋਂ ਜ਼ਿਆਦਾ ਇੱਥਾ ਕੰਮ ਪਿਆ ਹੋਣਾ ਬਿਲਕੁਲ ਐਸੀ ਸਭ ਤੋਂ ਜ਼ਿਆਦਾ ਇਹ ਮਤਲਬ ਇਹ ਕੋਈ ਗੱਲ ਜਜ਼ਬਾਤੀ ਨਹੀਂ ਜੀ ਜੀ ਐਸੀ ਇਹ ਪੜੀ ਲਿਖੀ ਗੱਲ ਹੈ ਔਰ ਪੂਰੇ ਇਸਨੇ ਦਲਾਇਲ ਹਰ ਚੀਜ਼ ਮੌਜੂਦ ਹੈ ਲਿਖਣ ਵਾਲੇ ਸਭ ਤੋਂ ਜ਼ਿਆਦਾ ਇਸ ਤਹਿਸੀਲ ਨੇ ਲੋਕ ਫਨਕਾਰ ਇਸ ਤਹਿਸੀਲ ਨੇ ਗਾਣੇ ਵਾਲੇ ਇਸ ਤਹਿਸੀਲ ਨੇ ਕੰਪੇਅਰ ਇਸ ਤਹਿਸੀਲ ਨੇ ਠੀਕ ਹੈ ਜੀ ਮੁਹੱਕਕ ਇਸ ਤਹਿਸੀਲ ਅਸਲ ਜੀ ਮੈਂ ਇਹਨਾਂ ਨਹੀਂ ਗੱਲ ਕਰਸਾਂ ਇਹ ਬੜਾ ਇੱਕ ਮਰਦਮ ਖੇਜ ਜਾਂ ਖਿੱਤਾ ਵੈ ਤੇ ਇਸਨੇ ਵਿੱਚ ਬਹੁ ਵਾਕਈ ਇਸ ਤਰ੍ਹਾਂ ਗੁਜਰਖਾਨ ਜਿਹੜਾ ਨਾ ਤੁਸਾਂ ਤੱਕ ਨੂੰ ਦੋ ਨਿਸ਼ਾਨੇ ਹੈਦਰ ਨੂੰ ਡੀਜੀ ਆਈ ਐਸ ਆਈ ਆਰਮੀ ਚੀਫ ਇੱਕ ਇਥੇ ਨੇ ਓਏ ਨਸ਼ਫਾਕ ਪਰਵੇਜ਼ ਗਿਆਨੀ ਸਾਹਿਬ ਇਸ ਤੋਂ ਇਲਾਵਾ ਸਪੀਕਰ ਕੌਮੀ ਅਸੈਂਬਲੀ ਤੇ ਇੱਥੇ ਵਾਕਈ ਹੈ ਵੈ ਬਾਕੀ ਉਹ ਫਿਰ ਦਿਲ ਜੇ ਹੈ ਦਿਲ ਤੇ ਫਿਰ ਜ਼ਰਖੇਜ਼ ਹੋਣਾ ਨਾ ਖੂਨ ਸਾਰਾ ਜੇ ਪੰਪ ਕਰਨਾ ਕਹਿ ਖਿਆਲ ਹੈ ਅੱਗੇ ਗੱਲ ਉੱਥੋਂ ਇਹੀ ਹੈ ਗੱਲ ਹੈ ਸ਼ਾਜੀ ਉਹ ਬੈਟਸਮੈਨ ਜਿਸ ਤਰ੍ਹਾਂ ਅਸਲ ਸ਼ਾਰਟ ਖੇੜਨੇ ਨੇ ਬਿਲਕੁਲ ਮੂਡ ਡਿਚੋਣਾ ਤਾਂ ਬਾਲਰ ਆਸਤਾ ਬਾਲ ਸੱਡ ਛੋੜਨਾ ਤਾਂ ਲੱਕ ਹੀ ਉਸਨਾਂ ਤਰੋੜ ਮੈਂ ਛੱਕ ਕਿੰਨਾ ਮੈਂ ਕੀ ਸ਼ਾਰ ਜਿਹੜੇ ਨੂੰ ਲੱਕ ਤਰੋੜ ਛੋੜਨੇ ਮੈਂ ਉਹ ਅਸਲ ਮਾੜੇ ਕੀ ਆ ਜਾਣੀਆਂ ਗੱਲ ਫਿਰ ਤੇ ਉਹ ਹਰ ਮਤਬਿਤ ਹੈ ਉਹਦੇ ਉੱਪਰ ਵੀ ਅੱਛੇ ਉਹਦੇ ਉੱਪਰ ਫਾਇਜ਼ ਲੋਕ ਨਿਲ ਮੁਅੱਦਬ ਨਲ ਫੌਜ ਨਹੀਂ ਗੱਲ ਕੀਤੀ ਸ਼ਾਰ ਜੀ ਜੀ ਤੇ ਇਹ ਗੱਲ ਆਖੜਾ ਕੇ ਕਮ ਨਹੀਂ ਹਾਂ ਇਹ ਆਖ ਸਕਦਾ ਕਿ ਉਸ ਤਰ੍ਹਾਂ ਨਹੀਂ ਹੋਣਾ ਹੋਣਾ ਪਿਆ ਜ਼ਰੂਰ ਹੈ ਜੀ ਔਰ ਦੇਖੋ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਤੁਸਾਂ ਨੇ ਪਠਵਾਰ ਨਾ 1 ਘੰਟੇ ਦਾ ਪ੍ਰੋਗਰਾਮ ਹੈ ਬਿਲਕੁਲ ਐਸੇ ਹੀ ਹੈ ਸਤ ਬਿਸਮਿਲ੍ਲਾ ਬਿਲਕੁਲ ਐਸੇ ਹੀ ਹੈ ਔਰ ਸੈਟਲਾਈਟ ਟੀਵੀ ਉੱਪਰ ਪ੍ਰੋਗਰਾਮ ਹੈ ਐਸੇ ਹੀ ਹੈ ਔਰ ਫਿਰ ਉਹ ਗੱਲ ਆਕਸ਼ਨੀ ਹੈ ਆਪਣੀ ਆਪੂ ਕਰਨੀ ਤੁਸਾਂ ਕਰਨੀ ਚਾਹੀਨੀ ਸੀ ਕਿ ਇਹ ਮੈਂ ਅਲਹਮਦੁਲਿਲਾ ਵਾਇਦ ਬੰਦਾ ਵਾਂ ਕਿ ਜਿਹੜਾ ਆਪਣੀ ਇਲਾਕਾਈ ਜ਼ੁਬਾਨ ਨਾ ਐਂਕਰ ਆ ਬਿਲਕੁਲ ਐ ਦੇਖੋ ਰਿਪੋਰਟਰ ਹੋਣਾ ਜਾਂ ਕੋਈ ਇਸ ਤਰ੍ਹਾਂ ਨੇ ਦੋ ਤਰ੍ਹਾਂ ਮਿੰਟ ਵਾਸੀ ਇਨ ਆਊਟ ਹੋਣਾ ਹੋਰ ਗੱਲ ਹੋਣੀ ਹੈ ਇੱਕ ਘੰਟੇ ਨਾ ਪ੍ਰੋਗਰਾਮ ਵਾਲਾ ਪ੍ਰਾਈਮ ਟਾਈਮ ਵਿੱਚ ਹੈ ਬਿਲਕੁਲ ਐ ਸਹੀ ਔਰ ਉਹ ਪ੍ਰੋਗਰਾਮ ਇਸ ਨਈਅਤ ਨਾ ਕਿ ਸੰ ਗਰਾਂ ਗਰਾਂ ਗਾਜ ਕੇ ਤਰ੍ਹਾਂ 400 ਬੰਦਾ ਇਕੱਠਾ ਕਰਕੇ ਤੋਂ ਪ੍ਰੋਗਰਾਮ ਕਰ ਬੜਾ ਮੁਸ਼ਕਲ ਕੰਮ ਐ ਸੰ ਇਕੱਲੇ ਜਾਣੇ ਆ ਬੜਾ ਔਖਾ ਹੋਣੇ ਆ ਤੋ ਸ਼ਾਹ ਰਾਗੇ ਕਈ ਵਾਰੀਓ ਮੈਂ ਪੀ ਕਟਾਈ ਆ ਪਸਵੇਰਾ 10 ਵਜੇ ਆਏ ਤੇ ਸ਼ਾਮੀ 8 ਵਜੇ ਬੇਲੇ ਉਠਣ ਨਹੀਂ ਦੇਣੇ ਤੇ ਉਹ ਬੜਾ ਇਸ ਸਰਕਰ ਨੇ ਆਪੇ ਕੰਮ ਅੱਛਾ ਸ਼ਾਹਬ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਤੇ ਨਮਾਸ਼ਾਂ ਵੀ ਪੈਣੀਆਂ ਪੀਆਂ ਤੇ ਸਾਨੂੰ ਜਿਹੜਾ ਵਾ ਚਿਹਰਾਣਾ ਪਿਆ ਸਫਰ ਵੀ ਬੜਾ ਲੰਮਾ ਹੈ ਤੇ ਆਖਰ ਇਹ ਜਿਸ ਸਮੇਟਣੇ ਆ ਇਸ ਸਵਾਲਾ ਨਾਲ ਤੁਸਾਂ ਕੋਲੋਂ ਪ੍ਰੋਗਰਾਮ ਕੀ ਪਠਵਾਰੀਆਂ ਗਈ ਜਿਹੜਾ ਨਾ ਚਾਹੇ ਅਵਰਸੀਜ਼ ਨਾ ਜਾਂ ਇਥੇ ਨੇ ਮਤਲਬ ਪਠਵਾਰ ਨੇ ਲੋਕਾਂ ਕੀ ਤੁਸਾਂ ਕਹਿ ਪੈਗਾਮ ਦੇਣਾ ਚਾਹੋ ਪੈਗਾਮ ਇਹ ਹੈ ਜੀ ਕਿ ਇੱਕ ਗੱਲ ਆਪਣੀ ਚੂੜਾ ਨਾਲ ਬੰਦ ਕਿਨੋ ਸਾਰੇ ਜੀ ਭਾਵੇਂ ਮੈਂ ਨਿਕਾ ਸਮਝੋ ਭਾਵੇਂ ਕੁਝ ਵੀ ਨਾ ਸਮਝੋ ਲੇਕਿਨ ਗੱਲ ਇਹ ਬਿਲਕੁਲ ਪੱਕੀ ਏ ਜੀ ਤੇ ਮਾੜੀ ਵੀ ਨਹੀਂ ਬੋਂ ਬੋਂ ਬੜੇ ਲੋਕ ਇਹ ਗੱਲ ਕਰ ਗਏ ਜੀ ਕਿ ਕੰਮ ਉਹ ਹੈ ਜ਼ਿੰਦਾ ਰਹਿਣਾ ਜਿਹੜਾ ਮਿਆਰੀ ਹੋਵੇ ਆਹਾ ਬਿਲਕੁਲ ਔਰ ਮਿਆਰੀ ਕੰਮ ਉਸ ਹੈ ਬੰਦੇ ਨੇ ਹੋਣਾ ਕਿ ਜਿਸ ਨੇ ਪੱਲੇ ਕੁਝ ਹੋਵੇ ਵਾਹ ਤੇ ਪੱਲੇ ਉਸ ਨੇ ਕੁਝ ਹੋਣਾ ਕਿ ਜਿਸ ਨੇ ਕੋਲ ਇਲਮ ਹੋਵੇ ਆਹਾ ਇਲਮ ਅਸ਼ਨਾ ਕਿਤਾਬ ਨਾਲ ਬਿਲਕੁਲ ਕਿਤਾਬ ਲਬਣੀ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਗਛਨੇ ਨਾਲ ਵਾਹ ਔਰ ਇੱਕ ਖਾਸ ਮਾਹੌਲ ਨਾਲ ਬਿਲਕੁਲ ਸਭ ਤੋਂ ਪਹਿਲੇ ਆਪਣੇ ਆਪ ਹੈ ਕਿ ਇਕਵਿਪਡ ਕਰੋ ਲੈਸ ਕਰੋ ਆਪਣੇ ਆਪ ਹੈ ਕੁਲ ਸਾਰੇ ਉਹ ਟੂਲਸ ਹਾਸਲ ਕਰੋ ਜਿਸ ਨੇ ਸਭ ਤੋਂ ਅਹਿਮ ਟੂਲ ਹੈ تعلیم ਬਿਲਕੁਲ ਐਸੇ ਹੀ ਸ਼ਾਉਰ ਆਗੇ ਹੀ ਠੀਕ ਹੈ ਜੀ ਰੋਸ਼ਨੀ ਬਿਲਕੁਲ ਉਸ ਮੰਜ਼ਲਦਾਰ ਗਛਨੇ ਵਾਸੀ ਰਾਵੇਂ ਤੇ ਨਹੀਂ ਦਸਣਾ ਜਿੰਨੇ ਰਾਹੀ ਹੋਵੇ ਆਰ ਪਾਸੇ ਤੇ ਉਹ ਲੋ ਜਿਹੜੀ ਉਹ ਤੁਸਾਂ ਨਹੀਂ ਅਕਲ ਨਹੀਂ ਲੋ ਐ ਤੁਸਾਂ ਨੇ ਸ਼ਾਉਰ ਨਹੀਂ ਰੋਸ਼ਨੀ ਹੈ ਜਿਸ ਵੇਲੇ ਇਹ ਚੀਜ਼ ਆ ਰਵਣ ਤੇ ਫਿਰ ਕੋਈ ਸ਼ਮਾ ਨਾਪਕੇ ਜਿਲਾ ਤੁਸਾਂ ਟੁਰਸੋ ਨਾ ਤਾਂ ਫਿਰ ਲੋਕ ਆਕਸਨ ਪੇ ਜਿਹੜੀ ਇਹ ਜਿਸੇ ਚਾਇਆ ਨਾਏ ਇਹ ਚਿਰਾਗ ਉਹ ਆਪੋ ਵੀ ਕੁਝ ਥਿਆਤ ਚਲੋ ਇਸਨੇ ਪਿੱਛੇ ਟੂਰੀ ਹੈ ਐਵੇਂ ਕਿਸੇ ਪਿੱਛੇ ਕੋਈ ਨਹੀਂ ਟੁਰਨਾ ਔਰ ਨੰਬਰ 2 ਐ ਕਿ ਅਦਬ ਵਿੱਚ ਸ਼ਾਰਟਕਟ ਕੋਈ ਨਹੀਂ ਹੈ ਬਿਲਕੁਲ ਸਹੀ ਅਦਬ ਵਿੱਚ ਕੋਈ ਸ਼ਾਰਟਕਟ ਕੋਈ ਨਹੀਂ ਤੁਸਾਂ ਕਿ ਸਫਰ ਤੈਅ ਕਰਨਾ ਪੈਣਾ ਬਿਲਕੁਲ ਐਸਾ ਕੋਈ ਤੁਸਾਂ ਨਾ ਟੁਕਾ ਨਹੀਂ ਲਗਣਾ ਕੋਈ ਮੌਜਜ਼ਾ ਨਹੀਂ ਹੋਣਾ ਵਕਤੀ ਤੌਰ ਪਰ ਤੁਕਾ ਲੱਗ ਐ ਸੀ ਜਿਸ ਕੀ ਤੁਸਾਂ ਸਮਝੋਗੇ ਪਤਾ ਨਹੀਂ ਕਿਆ ਹੋ ਗਿਆ ਲੇਕਿਨ ਉਹ ਲੌਂਗ ਲਾਸਟਿੰਗ ਨਹੀਂ ਹੋਣਾ ਬਿਲਕੁਲ ਐਸਾ ਹੀ ਖੁਸ਼ਬੂ ਹੈ ਜ਼ਿਆਦਾ دیر ਰਹਿਣੀ ਹੈ ਕਿ ਜਿਹੜੀ ਪਿਓਰ ਹੋਵੇ ਜਿਸ ਨੇ ਵਿੱਚ ਮਿਲਾਵਟ ਹੋ ਗੋਛਾ ਉਹ ਲਾਈਤ ਗਈ ਔਰ ਆਪਣੇ ਬੱਚਿਆਂ ਕੀ ਪੜਾਓ ਔਰ ਪਠਵਾਰੀ ਪੜਾਓ ਪਠਵਾਰੀ ਸਿਖਾਓ ਆਪਣੀਆਂ ਰਸਮਾਂ ਕੀ ਆਪਣੀਆਂ ਕਦਰਾਂ ਕੀ ਜ਼ਿੰਦਗੀ ਦਿਓ ਬੱਚਿਆਂ ਕੀ ਦੱਸੋ ਅਸਾਂ ਦੇ ਦਾਦਾ ਇਸ ਤਰ੍ਹਾਂ ਤੁਸੀਂ ਅਸੀਂ ਅਸਾਂ ਦੇ ਵਾਲਦ ਇੰਜ ਸੰ ਅਸਾਂ ਨੀਆਂ ਮਾਸੀਆਂ ਚਾਚੀਆਂ ਤਾਈਆਂ ਮਾਵੀਆਂ ਉਹ ਇੰਜ ਸੰ ਉਹ ਐਸੇ ਰ ਕਰਨੀ ਅਸਨ ਯਾਦ ਰੱਖਿਆ ਸਖੀ ਮਾਉ ਨ ਪੁੱਤਰ ਹਮੇਸ਼ਾ ਸਖੀ ਹੋਣਾ ਹਾਏ ਹਾਏ ਜਿਸ ਆਪਣੀ ਚੋਲੀ ਚ ਖਾਵਤ ਤੱਕੀ ਹੋਣੀ ਹੈ ਉਸ ਹੋਰ ਕੋਈ ਤਾਂ ਕੇ ਹੀ ਨਾ ਉਸ ਦੇ ਲੈ ਵੇ ਤਾਂ ਕੇ ਉਸ ਦੀ ਮਾਂ ਦੇਣੀ ਹੋਈ ਹੈ ਤੇ ਲਿਆਜ਼ਾ ਆਪਣੀਆਂ ਮਾਵਰੀਆਂ ਦੀ ਜ਼ੁਬਾਨ ਉਹਨਾਂ ਦੀਆਂ ਕਦਰਾਂ ਕੀ ਕੁਰਬਾਨ ਨਾ ਕਰੋ ਇਹ ਨਸ਼ ਰੰਗ ਬਰੰਗੀਆਂ ਲੋਈਆਂ ਉੱਪਰ ਠੀਕ ਹੈ ਤੇ ਇਸ ਤਰ੍ਹਾਂ ਮਿਲਣ ਜੁਲਣ ਰੋਇਆ ਕਰੋ ਆਖਰ ਤੇ ਮੈਂ ਇੱਕ ਅਗਰ ਤੁਸੀਂ ਸ਼ਾਇਰ ਵੀ ਆ ਕੇ ਸਿੱਧੇ ਇੱਕ ਚੋ ਮਿਸਰਾ ਸੁਣਾ ਸਕਦੇ ਹੋ ਬਿਲਕੁਲ ਬਿਲਕੁਲ ਸੁਣਾਓ ਚੰਗਾ ਜਿਹਾ ਸੁਣਾਓ ਇਹ ਪਾਣੀ ਕਦੇ ਨਹੀਂ ਰੁਕਣਾ ਸ਼ਾਜੀ ਆਹਾ ਭਾਵੇਂ ਲਾ ਕਿਨੋ ਜਿੰਨੇ ਢੱਕੇ ਓਏ ਹੋਏ ਹੋਏ ਹੋ ਪਾਣੀ ਕਦੇ ਨਹੀਂ ਰੁਕਣਾ ਸ਼ਾਜੀ ਭਾਵੇਂ ਲਾ ਕਿਨੋ ਜਿੰਨੇ ਢੱਕੇ ਸਾਂਝ ਸਲੂਕ ਇਸ ਦੁਨੀਆ ਅੰਦਰ ਜਿੰਨੇ ਵਰਤੋ ਉਤਨੇ ਪੱਕੇ ਆਏ ਹਾਏ 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 ਠੀਕ ਬਾਤ ਹੈ ਜੀ ਕੀ ਬਾਤ ਹੈ ਬੜੀ ਮਿਹਰਬਾਨੀ ਤੁਸਾਂ ਨੇ ਬਹੁਤ ਸ਼ੁਕਰੀਆ ਸਲਾਮਤ ਰੋ ਆਬਾਦ ਰੋ ਤੁਸਾਂ ਕੀਮਤੀ ਆਪਣਾ ਟਾਈਮ ਦਿੱਤਾ ਸ਼ਾਹਰ ਸੰਜੀ ਬੜੀਆਂ ਪੱਕੀਆਂ ਪਿੰਡੀਆਂ ਤੇ ਬੜੀਆਂ ਤਜਰਬੇ ਵਾਲੀਆਂ ਗੱਲਾਂ 'ਤੇ ਦੱਸਨੇ ਸੰਤ ਅਪਰੂ ਸ਼ੇਰ ਵੀ ਜਿਹੜਾ ਸਟਿਆ ਨੇ ਉਹ ਵੀ ਬਹੁਤ ਮਜ਼ਬੂਤ ਜਿਹਾ ਸਟਿਆ ਨੇ ਸੈਂ ਹੁਣ ਇਸ ਨਾਲ ਅਸਾਂ ਇਜਾਜ਼ਤ ਚਾਹਸਾਂ ਅੱਲਾ ਹਫੇਜ਼